ਧੰਨ ਵਾਹਿਗੁਰੂ ਸਾਹਿਬ ਜੀ, ਤੁਮ ਦਿਆਲ ਸਰਬ ਦੁੱਖ ਭੰਜਨ, ਇੱਕ ਬਿਨੋ ਸੁਨਹੋ ਦੇ ਕਾਨੇ, ਜਿਤ ਤੇ ਤੁਮ ਮਿਲੇ ਹਰ ਸੁਆਮੀ, ਸੋ ਸਤਿਗੁਰ ਮੇਲ ਮੇਰਾ ਪ੍ਰਾਨੇ। ਰਾਮ ਹਮ ਸਤਿਗੁਰ ਪਾਰ ਬ੍ਰਹਮ ਕਰ ਮਾਨੇ, ਹਮ ਮੂੜ ਮੁਗਦ ਅਸ਼ੁੱਧ ਮਤ ਹੋਤੇ, ਗੁਰ ਸਤਿਗੁਰ ਕੈ ਬਚਨ ਹਰ ਹਮ ਜਾਨੇ। ਹਮ ਮੂੜ ਮੁਗਦ ਅਸ਼ੁੱਧ ਮਤ ਹੋਤੇ, ਗੁਰ ਸਤਿਗੁਰ ਕੈ ਬਚਨ ਹਰ ਹਮ ਜਾਨੇ। ਸਗਲ ਦੁਆਰ ਕਉ ਛਾਡ ਕੈ ਗਹਿਓ ਤੁਹਾਰੋ ਦੁਆਰ, ਬਾਹੇ ਗਹੇ ਕੀ ਲਾਜ ਅਸ ਗੋਬਿੰਦ ਤੁਹਾਰ, ਬਾਹੇ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ। ਸ੍ਰੀ ਵਾਹਿਗੁਰੂ ਸਾਹਿਬ ਜੀਓ। ਬਸੰਤ ਮਹੱਲਾ ਪੰਜਵਾਂ, ਕਿਲ ਬਿਖ ਬਿਨਸੇ ਗਾਏ ਗੁਨਾ, ਅਨ ਦਿਨ ਉਪਜੀ ਸਹਿਜ ਧੁਨਾ, ਕਿਲ ਬਿਖ ਬਿਨਸੇ ਗਾਏ ਗੁਨਾ, ਅਨ ਦਿਨ ਉਪਜੀ ਸਹਿਜ ਧੁਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਜਾਨ ਰਾਜ ਪਾਨਾਨ ਪਾਨ ਸਤਿਗੁਰੂ ਸਾਹਿਬ, ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਚੋਜੀ ਪ੍ਰੀਤਮ ਬਾਲਾ ਪ੍ਰੀਤਮ ਮਿਹਰਾਂ ਦੇ ਸਾਈਂ ਸਾਹਿਬ ਸਤਿਗੁਰੂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪ੍ਰੇਮ ਦੇ ਵਿੱਚ ਸਾਹਿਬਾਂ ਦੇ ਚਰਨਾਂ ਦਾ ਧਿਆਨ ਧਰ ਕੇ ਆਪ ਸਭ ਸੰਗਤਾਂ ਗੁਰਦੁਆਰਾ ਬੰਗਲਾ ਸਾਹਿਬ ਦੀ ਧਰਤੀ ਵਿਖੇ ਸਤਿਗੁਰੂ ਦੀ ਹਜ਼ੂਰੀ ਦੇ ਅੰਦਰ ਨਾਮ ਦਾ ਨਿੱਘ ਮਾਣ ਰਹੇ ਹੋ। ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ ਹੈ ਖਾਲਸਾ ਜੀਓ, ਅੰਮ੍ਰਿਤ ਵੇਲੇ ਤੋਂ ਗੁਰੂ ਕੇ ਦਰਬਾਰ ਦੀਆਂ ਹਾਜ਼ਰੀਆਂ ਭਰਨ ਲਈ ਇਹ ਘੜੀਆਂ ਬਖਸ਼ੀਆਂ। ਹਜ਼ੂਰੀ ਕੀਰਤਨੀਏ ਸਿੰਘਾਂ ਪਾਸੋਂ ਆਸਾ ਜੀ ਕੀ ਵਾਰ ਦੇ ਕੀਰਤਨ ਕੀਤੇ ਗਏ, ਉਪਰੰਤ ਤਰਸ ਹੋਇਆ ਸਤਿਗੁਰੂ ਦਾ, ਜੋ ਕਿ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਬਾਣੀ ਦੀ ਵਿਚਾਰ ਨੂੰ ਸਰਵਣ ਕਰਕੇ, ਉਸ ਵਿਚਾਰ ਨੂੰ ਆਪਣੇ ਮਨ ਦੇ ਵਿੱਚ ਵਸਾ ਕਰਕੇ ਆਪਣੇ ਸੰਸਾਰਿਕ ਜੀਵਨ ਦੇ ਅੰਦਰ ਨਿਰੰਕਾਰ ਦੇ ਨਾਮ ਦੀ ਤਰੰਗਾਂ ਜਗਾਈਏ, ਭਾਵ ਕਿ ਬਾਣੀ ਦੀ ਵਿਚਾਰ ਸਰਵਣ ਕਰੀਏ, ਵਿਚਾਰ ਕਰੀਏ ਕਿ ਪਾਤਸ਼ਾਹ ਕੀ ਸਮਝਾਉਂਦੇ ਨੇ ਕਿ ਜੀਵਨ ਵਿੱਚ ਕ੍ਰਾਂਤੀ ਕਿਵੇਂ ਆਵੇਗੀ, ਜੀਵਨ ਦੇ ਵਿੱਚ ਨਿਰੰਕਾਰ ਦੀ ਯਾਦ ਕਿਵੇਂ ਵਸੇਗੀ, ਔਰ ਜਦੋਂ ਨਿਰੰਕਾਰ ਦੀ ਯਾਦ ਵਸ ਜਾਵੇ, ਪਰਮਾਤਮਾ ਦਾ ਨਾਮ ਰਸਨਾ ਤੇ ਟਿਕ ਜਾਵੇ, ਤੇ ਫਿਰ ਪ੍ਰਾਪਤ ਕੀ ਹੋਵੇਗਾ, ਕਿਉਂਕਿ ਸੰਸਾਰ ਦੇ ਪਦਾਰਥਾਂ ਨੂੰ ਪ੍ਰਾਪਤ ਕਰਕੇ ਕੀ ਲਾਭ ਹੋਣਾ ਹੈ,
ਇਹ ਸੰਸਾਰ ਦਾ ਬੰਦਾ ਭਲੀ ਭਾਂਤੀ ਜਾਣਦਾ ਹੈ ਅਤੇ ਉਹਨਾਂ ਪਦਾਰਥਾਂ ਨੂੰ ਪਾਉਣ ਦੇ ਲਈ ਵੱਖੋ ਵੱਖਰੇ ਯਤਨ ਕਰਦਾ ਹੈ। ਪਰ ਹੈਰਾਨੀ ਦੀ ਗੱਲ ਹੈ ਕਿ ਪਤਾ ਹੈ ਜੋ ਵਸਤੂ ਜੋ ਆਨੰਦ ਸੰਸਾਰ ਦੇ ਪਦਾਰਥ ਨਹੀਂ ਦੇ ਸਕਦੇ ਉਹ ਆਨੰਦ ਉਹ ਪਰਮ ਆਨੰਦ ਦੀ ਬਖਸ਼ਿਸ਼ ਮੈਨੂੰ ਨਿਰੰਕਾਰ ਦੇ ਨਾਮ ਨੇ ਕਰਨੀ ਹੈ। ਪਰ ਮਹਾਰਾਜ ਕਹਿੰਦੇ ਸੰਸਾਰ ਦੇ ਪਦਾਰਥਾਂ ਨੂੰ ਤਾਂ ਲੱਭੀ ਜਾ ਰਿਹਾ ਹੈ, ਨਿਰੰਕਾਰ ਦੇ ਨਾਮ ਦੀ ਭਾਲ ਹਜੇ ਸ਼ੁਰੂ ਹੀ ਨਹੀਂ ਕੀਤੀ। ਸਵਾਓ ਸਤਿਗੁਰੂ ਦੇ ਚਰਨਾਂ ਦਾ ਆਸਰਾ ਤੱਕੀਏ। ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਅਰਦਾਸ ਕਰੀਏ ਕਿ ਕਹਾਂ ਬੁੱਧ ਪ੍ਰਭ ਤੁਸ਼ ਹਮਾਰੀ, ਵਰਨ ਸਕੈ ਮਹਿਮਾ ਜੋ ਤਿਹਾਰੀ, ਹਮ ਨਾ ਸਖਤ ਕਰ ਸਿਫਤ ਤੁਮਾਰੀ, ਆਪ ਲਿਹੋ ਤੁਮ ਕਥਾ ਸੁਧਾਰੀ। ਸਤਿਗੁਰੂ ਕਿਰਪਾ ਕਰਨ, ਸੀਸ ਤੇ ਮਿਹਰ ਭਰਿਆ ਹੱਥ ਰੱਖ ਕੇ ਅੱਜ ਦੇ ਸ਼ਬਦ ਦੀ ਵਿਚਾਰ ਆਪਣੇ ਗੁਰੂ ਕੇ ਸਿੱਖਾਂ ਦੀ ਰਸਨਾ ਤੋਂ ਕਰਵਾ ਲੈਣ। ਆਓ ਰਸਨਾ ਪਵਿੱਤਰ ਕਰੀਏ, ਦੋਨੋਂ ਹੱਥ ਜੋੜ ਕੇ ਸਾਹਿਬਾਂ ਨੂੰ ਸੀਸ ਨਵਾਈਏ। ਸਤਿਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਚਰਨਾਂ ਦਾ ਧਿਆਨ ਆਪਣੇ ਮਨਾਂ ਦੇ ਵਿੱਚ ਟਿਕਾਓ ਔਰ ਉਚਾਰਨ ਕਰੋ ਜੀ, ਸਤਨਾਮ ਸ਼੍ਰੀ ਵਾਹਿਗੁਰੂ ਜੀ। ਬਸੰਤ ਮਹੱਲਾ ਪੰਜਵਾਂ। ਸੋ ਗੁਰੂ ਸਰੂਪ ਗੁਰੂ ਖਾਲਸਾ ਸਤ ਸੰਗਤ ਜੀ, ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਾਣੀ ਦੀ ਲੜੀ ਵਾਰ ਵਿਚਾਰ ਜੋ ਕਿ ਅੰਗ 1184 ਦੇ ਉੱਪਰ ਬਸੰਤ ਰਾਗ ਦੇ ਸ਼ਬਦ 'ਤੇ ਪਹੁੰਚ ਚੁੱਕੀ ਹੈ। ਔਰ ਮੈਂ ਬੇਨਤੀ ਕਰਾਂ ਕਿ ਜਿੱਥੇ ਬਸੰਤ ਇੱਕ ਰਾਗ ਦਾ ਨਾਮ ਹੈ ਉੱਥੇ ਪਿਆਰ ਵਾਲਿਓ ਬਸੰਤ ਦੇ ਅਖਰੀ ਅਰਥ ਨੇ ਵਸਦਾ ਰਹਿਣਾ, ਜਿਹੜਾ ਸਦਾ ਹੀ ਵਾਸ ਕਰਦਾ ਰਹੇ। ਅਤੇ ਸਤਿਗੁਰੂ ਕਹਿੰਦੇ ਜੇ ਤੂੰ ਬਸੰਤ ਰਾਗ ਦੀ ਧੁਨੀ ਦੇ ਅੰਦਰ ਉਸ ਪਰਮਾਤਮਾ ਦੇ ਗੀਤ ਗਾਵੇਂਗਾ, ਸੱਚ ਜਾਣੀ ਉਹ ਸਦਾ ਵਸਦਾ ਹੋਇਆ ਪਰਮਾਤਮਾ ਤੇਰੇ ਹਿਰਦੇ ਵਿੱਚ ਵਾਸ ਕਰ ਜਾਵੇਗਾ। ਹਰ ਕੇ ਦਰ ਯਾਦ ਖੁਦਾ ਕਾਇਮ ਬਵਦ, ਤਾਂ ਖੁਦਾ ਕਾਇਮ ਬਵਦ ਦਾਇਮ ਬਵਦ। ਭਾਈ ਸਾਹਿਬ ਭਾਈ ਨੰਦ ਲਾਲ ਸਾਹਿਬ ਜੀ ਬੜਾ ਸੋਹਣਾ ਫਰਮਾਨ ਕਰਦੇ ਨੇ ਕਿ ਜੇ ਸਦਾ ਵਸਦੇ ਰਹਿਣ ਵਾਲੇ ਪਰਮਾਤਮਾ ਦੀ ਯਾਦ ਵਿੱਚ ਜੁੜੇਗਾ, ਯਾਦ ਰੱਖੀ ਗੁਰੂ ਕਿਆ ਸਿੱਖਾ, ਉਹ ਖੁਦਾ ਉਹ ਸਦਾ ਕਾਇਮ ਰਹਿਣ ਵਾਲਾ ਹੈ, ਜੇ ਉਹਦੀ ਯਾਦ ਵਿੱਚ ਜੁੜੇਗਾ ਤੇਰੀ ਹਸਤੀ ਵੀ ਸਦਾ ਕਾਇਮ ਰਹੇਗੀ। ਜੇ ਤੂੰ ਇਬਾਦਤ ਕਰੇਗਾ ਬੰਦਗੀ ਕਰੇਗਾ, ਹਰ ਕੇ ਦਰ ਯਾਦ ਖੁਦਾ ਕਾਇਮ ਬਵਦ, ਤਾਂ ਖੁਦਾ ਕਾਇਮ ਬਵਦ ਦਾਇਮ ਬਵਦ। ਸੋ ਅੱਜ ਦੇ ਪਾਵਨ ਪਵਿੱਤਰ ਸ਼ਬਦ ਨੂੰ ਸਤਿਗੁਰੂ ਸ਼੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ, ਪਿਆਰ ਵਾਲਿਓ ਵਾਰੇ ਵਾਰੇ ਜਾਈਏ ਸਤਿਗੁਰਾਂ ਤੋਂ, ਕਿਉਂਕਿ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦਾ ਇੱਕ ਬਚਨ ਹੈ ਸਰਬਲੋ ਗ੍ਰੰਥ ਵਿੱਚ। ਉਹ ਕਹਿੰਦੇ ਨੇ ਗੁਰੂ ਕਿਉਂ ਸਿੱਖੋ, ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਉੱਤੇ ਵਾਰ ਵਾਰ ਸਿਜਦਾ ਕਰੋ, ਵਾਰ ਵਾਰ ਨਮਸਕਾਰ ਕਰੋ, ਡੰਡੋਤ ਕਰੋ। ਕਿਉਂ? ਕਿਉਂਕਿ ਅਰਜਨ ਸ਼ਬਦ ਜਹਾਜ ਗੁਰੂ ਪਦ ਪੰਕਜ ਸਭ ਸ੍ਰਿਸ਼ਟ ਉਧਾਰੇ। ਸਤਿਗੁਰੂ ਕਹਿੰਦੇ ਨੇ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਉਸ ਸ਼ਬਦ ਗੁਰੂ ਦੇ ਲੜ ਲਾਇਆ, ਜਿਸ ਸ਼ਬਦ ਗੁਰੂ ਦੇ ਅਭਿਆਸ ਵਿੱਚ ਇਤਨੀ ਤਾਕਤ ਹੈ, ਇਤਨੀ ਸਮਰੱਥਾ ਹੈ ਕਿ ਜੇਕਰ ਇਹਨਾਂ ਦੇ ਚਰਨਾਂ ਦਾ ਧਿਆਨ ਧਰ ਕੇ ਕੋਈ ਹਜ਼ੂਰੀ ਵਿੱਚ ਆ ਕੇ ਸਹਿਜ ਪਾਠ ਕਰ ਲਵੇ, ਸਹਿਜ ਪਾਠ ਕਰਕੇ ਉਸ ਬਾਣੀ ਦੇ ਅਰਥਾਂ ਨੂੰ ਸਮਝ ਲਵੇ। ਕਹਿੰਦੇ ਨੇ ਕੇਵਲ ਇੱਕ ਜਾਂ ਦੋ ਬੰਦੇ ਨਹੀਂ, ਇਸ ਸ਼ਬਦ ਗੁਰੂ ਵਿੱਚ ਇਤਨੀ ਤਾਕਤ ਹੈ ਇਹ ਸਾਰੀ ਸ੍ਰਿਸ਼ਟੀ ਨੂੰ ਪਾਰ ਲੰਘਾ ਸਕਦੇ ਨੇ। ਗੁਰਬਾਣੀ ਦੇ ਅੱਖਰਾਂ ਵਿੱਚ ਇਹ ਕਲਾ ਹੈ, ਇਹ ਸਮਰੱਥਾ ਹੈ। ਮੈਂ ਅਕਸਰ ਇੱਕ ਬੇਨਤੀ ਕਰਦਾ ਹੁੰਦਾ ਕਿ ਜਦੋਂ ਗੁਰੂ ਕਾ ਸਿੱਖ ਗੁਰਬਾਣੀ ਪੜ੍ਹੇ, ਜਦੋਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਆਵੇ ਤੇ ਮਨ ਦੇ ਵਿੱਚ ਇੱਕ ਵੱਖਰਾ ਵੈਰਾਗ, ਇੱਕ ਅਲਾਹੀ ਪ੍ਰੇਮ ਹੋਵੇ। ਕਿਉਂਕਿ ਪਿਆਰ ਵਾਲਿਓ, ਇਹ ਜੋ ਗੁਰਬਾਣੀ ਦੇ ਅੱਖਰ ਨੇ ਕੇਵਲ ਸ਼ਾਹੀ ਤੇ ਕਲਮ ਦੇ ਨਾਲ ਬਣਾਇਆ ਹੋਇਆ ਕੋਈ ਸੰਸਾਰਕ ਆਕਾਰ ਨਹੀਂ। ਵੇਖੋ, ਸੰਸਾਰ ਦੇ ਉੱਪਰ ਕੋਈ ਬੰਦਾ ਇਹ ਗੱਲ ਕਵੇ ਕਿ ਮੈਂ ਗੁਰਬਾਣੀ ਦੇ ਅੱਖਰ ਬਦਲ ਦੇਵਾਂਗਾ, ਤੇ ਕਹਿੰਦੇ ਨੇ ਇੱਕ ਆਮ ਜਿਹੇ ਮਾਮਲੀ ਜਿਹੇ ਸੰਸਾਰ ਦੇ ਬੰਦੇ ਅੰਦਰ ਇਹ ਸਮਰੱਥਾ ਨਹੀਂ ਕਿ ਉਹ ਗੁਰਬਾਣੀ ਦੇ ਅੱਖਰਾਂ ਨੂੰ ਬਦਲਣ ਦੀ ਤਾਕਤ ਰੱਖਦਾ ਹੋਵੇ।
पर गुरबाणी दे अखरां विच ए समर्था जरूर है। जे गुरु का सिख किते भावना नाल पढ़ लवे ते गुरबाणी दे अखर उस बंदे दे जीवन नूं पलट के रख देंदे ने। ये ताकत है गुरबाणी दे अंदर। सो धन गुरु अर्जन देव सच्चे पातशाह अपनी मुबारक रसना तो बसंत राग दे अंदर उचारण करते हैं। किल बिख बिनसे गाए गुना। सतगुरु गुरु अर्जन देव सच्चे पातशाह जी समझाते ने गुरु क्या सिखा उस अकाल पुरख वाहेगुरु परमात्मा दे नाम दे गुण गाया कर, नाम दी धुनी विच जुड़िया कर। क्योंकि जीवन विच परेशानियां ने, अड़चना ने, रुकावटां ने, कहिंदे ने केवल एक जां दो नहीं, जे उस परमात्मा दे गुणां नूं गावेंगा किल बिख बिनसे गाए गुना, सारे हर एक तरह का पाप, हर एक तरह का दुख, दुख दर्द भौ निकट ना तिन नर के रहै। दुख दलिद्र नेड़े नहीं होणगे, उन्हां दा विनाश हो जाएगा, पर कदों? जदों परमात्मा दे गुणां नूं गाएगा। पर खालसा जी सवाल बड़ा वड्डा है भी गुण गाउणा की है। वेखो एक तां आपां रोजाना अमृत वेले उठ करके अपने आसन ते चौंकड़ा ला करके वाहेगुरु का सिमरन करते हैं, ते करना भी चाहिए है, ते उदो तक करना चाहिए है बारंबार बार प्रभ जपिया पी अमृत एह मन तन तृपिया। उदो तक सतनाम वाहेगुरु नूं आवाजा मारीे जदों तक यह सुरती दे कपाट खोल के गलवकड़ी नहीं पा लैंदा, उदों तक उन्हूं आवाज लाई। एक ते है गुण गाउणा, चौंकड़ा लगा करके सिमरन करना, बाणी पढ़नी, परमात्मा दे गुणा नूं गाणा। ते प्यार वालिओ एक गुण गाउणे ने, जदों आपां संसार दे विच विचरीए, जदों कुदरत दे करिश्मे तकीए, ते साडी रसना ये गल कवे कि ये कुदरत ते जिथे धन है, पर जिन्हें कुदरत नूं ये करिश्मे बख्शे ने, इतनी सुंदरता बख्शी है, ये सारी खेड परमात्मा दी। जदों संसार का कोई भी गुणवान बंदा सी वेखीए ते सानू निरंकार चेते आवे, भाव के हर एक जीव जंतु दे अंदरों सानू निरंकार दे गुण चेते आउण। वेखो कई बार आपां शब्द वरत जाने आ कि ए शख्सियत दे अंदर बहुत गुण ने जां उस दे अंदर बहुत ताकत है, पर गुरु गोबिंद सिंह महाराज सच्चे पातशाह एक गल समझाउंदे ने गुरु क्या सिखा, संसार दे गुणा नूं, संसार दीआं ताकतां नूं तूं जदों भी तके ते तेरी सुरती, तेरा मन निरंकार दे प्रेम दे विच भिजणा चाहीदा है, तेरा मन निरंकार दे नाम विच भिजणा चाहीदा है। क्योंकि खालक खलक खलक दर खालक, दिल अंदर दीदान सरस्त, नूर न अल्लाह नूर न रोशन, दिल बेजारा चू हैवान अस्त। क्योंकि हर एक दे अंदर कण कण दे अंदर वह निरंकार है। सो एक गुण गाउणे ने खालसा जी अपने घर दे विच जां गुरु की हजूरी दे अंदर आके बाणी पढ़नी, ते एक गुण ओ ने जदों आपां संसार च विचरीए ते सानू सदा निरंकार चेते रवे, संसार वल तकीए ते निरंकार चेते आवे, संसार चेते च ही ना आवे। सो सतगुरु गुरु अर्जन देव महाराज समझाउंदे ने गुरु क्या सिखा, अज परेशानी है जीवन दे विच, अड़चना ने, एक काम करिया कर, जदों दिन चढ़दा उहदे गुणां नूं गाया कर। दिन चढ़दिआं परमात्मा दे गुण गा के दिन की शुरुआत करिया कर, दिन सफला हो जाएगा। क्योंकि माफ करना, अज आपां दिने उठदे आं, जाग खुलदी है, पर प्यार वालिओ दिन सफला सारिआं दा नहीं हो रिहा, सारिआं दा दिन सफला नहीं। इह जिहड़ा सूरज रोजाना उदय हो रिहा है, इह सारिआं लई कोई सफलता की निशानी बन के नहीं आता। सतगुरु गुरु ग्रंथ साहिब महाराज जी की बाणी का फरमान है, सूरज चढ़ा विजोग। कहते हैं जदों दिन वेले सूरज उदय होता है, सूरज का प्रकाश होता है, कहते हैं सूरज का संजोग संसार लिए कई बार विजोग बन जाता है। क्योंकि वेखो जदों एक दिन चढ़ता है तो इस गल की निशानी है भी अज साडी एक दिन की उम्र होर घट गई, अज साडी एक दिन की उम्र होर घट गई। सूरज चढ़ा विजोग सब महे घटे आरजा, सारिआं दी आरजा घट रही है, आयु घट रही है। इस करके सतगुरु कहिंदे ने काम करिया कर, तेरा दिन सफला हो जावे, तेरे साह आ रहे ने यह साह सफले हो जाण, तेरी जिंदगी दी बाजी तू हार ना जावे, उस परमात्मा दे गुण गाया कर।
क्योंकि तन मन रत्ता भोग कोई हार है को जिना है। ये जेड़ा प्यारे हो साडा तन है, कई बंदियां दा ना तन भोग भोग रहा है, भाव के वासनावां नूं भोग रहा है, पर कईयां दा तन नहीं भोगदा, उन्हां दा मन हर पल विशियां वकारां दे विच गलकत हो जांदा है। ते कहिंदे ने जिहड़े विशियां वकारां च गलकत हो जांदे ने उह जिंदगी दी बाजी हार जांदे ने, उन्हां दा दिन जिहड़ा चढ़िया हुंदा है उह सफला नहीं हुंदा, व्यर्थ चलिया जांदा है। पर जिंदगी दी बाजी जितदे को किहड़े ने, तेरे नाए रत्ते से जिण गए, हार गए से ठगण वाले। जिहड़े परमात्मा दे नाम दे विच रंगे होण खालसा जी, उही जिंदगी दी बाजी जितदे ने। ते मैं बेनती करा कि सतगुरु ने कहा भी किल विख विणसे गाए गुणा, अज सानू साडे प्रश्न दा जवाब मिल गया कि जीवन दियां सारियां परेशानियां दूर हो जाणगियां, सारे जन्मां जन्मां दे दुख दलिद्र दूर हो जाणगे जे गुण गावांगे, फिर अपने साहां नू सांभ के गुण गाउण दा जतन करिए। भाई नंद लाल साहब जी ने ना एक बचन किया, कहिंदे ने संसार दा बंदा पता नहीं केड़ी मस्ती विच घूमिया फिरदा, किस चीज़ दी मलकीयत रखी फिरदा, इस बंदे कोल ते केवल जे मलकीयत है किसी चीज़ दी, केवल एक साह दी है। जेड़ा आपां साह लै रहे हैं ना, केवल ते केवल इसे एक साह दी मलकीयत है। ये नहीं पता भी अगला साह आना है कि नहीं, कहिंदे ने ये नहीं पता भी अगला साह आना है कि नहीं। इस करके भाई नंद लाल साहब कहिंदे ने हर एक साह दे नाल स्वास ग्रास तू उस परमात्मा नू चेते रखिया कर, क्योंकि जेकर तेरे कोल कोई मलकीयत है, तेरे कोल कोई वस्तु इस पल मौजूद है, ते केवल ये साह है परमात्मा वालों बख्शिया। यकदम बखेशरा ना बुरदम के कीशतम, केवल ते केवल एक साह दी मलकीयत तेरे कोल है। इसे करके सतगुरु ने कहा जो सास गिरास त्यावे मेरा हर हर, सो गुरसिख गुरु मन पावे। ते आपां कहांगे काम कार करदे आ सास गिरास ते होना। वेखो कई बार बंदा जॉब ते जांदा है जां स्कूल दे विच पढ़ावे जां किसे भी जगह ते काम करे ना, ते साडा शरीर साडियां अखां साडी ये रसना साडे ये कन्न बाहर दियां क्रियावां करदे ने, पर ये जिहड़ी सुरती है ये जिहड़ा मन है, कई बार ऑफिस विच बैठा हुंदा है ते मन घर विच जांदा है बच्चियां वल, कई बार ये तन किसे काम करके विदेश गया हुंदा है पर साडा मन हर पल घर विच टिकिया रहिंदा है। इस करके कहिंदे ने जिहड़ा तेरा मन हर पल इधर उधर भजदा है उस मन नूं परमात्मा दे चरणां वल जोड़। जदों भी कोई काम करे चेते विच ये मौजूदगी महसूस होवे कि गुरु मेरा संग सदा है नाले, धन गुरु हरिकृष्ण साहब सच्चे पातशाह मेरे नाल ने, उन्हां दी मेहर भरी छड़ी मेरे शीश ते है, ते मैं उन्हां नूं सदा सिजदा करना है, बारंबार बार प्रभ जपिए बार बार उन्हां नूं धन कहना है। सो सतगुरु कहिंदे ने सारे किल विख विणसे पाप दलिद्र दुख कलेश दूर हो जाणगे जे परमात्मा दे गुणा दा गायन करेगा। अन दिन उपजी सहज तुना, खालसा जी जे रोजाना परमात्मा दे नाम दा अभ्यास करांगे, मान लो सतनाम वाहेगुरु दा जां वाहेगुरु गुरमंत्र दा जां मूल मंत्र दा अभ्यास करांगे ना, वेखो अन दिन उपजी सहज तुना निस बासर दिने रात, तेरे चेहरे दे उत्ते एक सहज अवस्था झलकेगी। जिहड़े बाणी पढ़दे ने बाणी दा अभ्यास करदे ने उहनां दे चेहरियां दे उत्ते एक खेड़ा हुंदा है, आपां सारे इह गल नूं नोट करदे हां, सुणिया दुख पाप का नास नानक भगता सदा विगास, उहनां दे चेहरे ते सदा विगास हुंदा है, उहनां दे अंदर एक अनहद धुनी हुंदी है। जदों आपां वाहिगुरु गुरमंत्र दा अभ्यास करांगे खालसा जी जां मूल मंत्र दा अभ्यास करांगे, ते कहिंदे ने पहला साडी ये रसना ये ओ शब्दां दी धुनी बनावेगी, सतनाम वाहिगुरु दी बाहरली धुनी बनावेगी। पर सच जाणियो जिद्दण साडा ये मन साडी सुरती उस वाहिगुरु गुरमंत्र दी धुनी नूं सुनण लग पई, फिर एक अंदर दी धुनी बनेगी, अनद सुनो वडे भागी हो सगल मनोरथ पूरे। पर प्यार वालियो ये शब्दां नाल बयान करना तो बहुत सुखैला है, जिन्हां ने कमाई की है इबादत की है अवस्था उन्हां नूं प्राप्त होनी है।
ਨਾਮ ਸੱਜਣ ਦਾ ਜੀਭ ਚੜ ਗਿਆ ਜਾਂ ਸੱਜਣ ਉੱਠ ਤੁਰਿਆ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀਆਂ ਸਤਰਾਂ ਨੇ, ਉਹ ਕਹਿੰਦੇ ਨੇ ਨਾਮ ਸੱਜਣ ਦਾ ਜੀਭ ਜਾਂ ਚੜਿਆ ਜਾਂ ਸੱਜਣ ਉੱਠ ਤੁਰਿਆ, ਮਲ ਲਏ ਦੋ ਨੈਣ ਧਿਆਨ ਨੇ ਸਭ ਕਰਜ਼ਾ ਦਾ ਫੁਰਿਆ। ਕਹਿੰਦੇ ਨੇ ਜਦੋਂ ਸੱਜਣ ਦਾ ਨਾਮ, ਪਰਮਾਤਮਾ ਦਾ ਨਾਮ, ਵਾਹਿਗੁਰੂ ਦਾ ਨਾਮ ਮੇਰੀ ਰਸਨਾ ਤੇ ਟਿਕ ਗਿਆ ਨਾ, ਇਹ ਜਿਹੜਾ ਅੰਦਰਲਾ ਮਨ ਪਰਮਾਤਮਾ ਵੱਲ ਨਹੀਂ ਸੀ ਜਾਂਦਾ, ਇਹ ਫਿਰ ਪਰਮਾਤਮਾ ਦੇ ਰਾਹ ਤੁਰਨ ਲੱਗ ਪਿਆ। ਨਾਮ ਸੱਜਣ ਦਾ ਜੀਭ ਜਾਂ ਚੜਿਆ ਜਾਂ ਸੱਜਣ ਉੱਠ ਤੁਰਿਆ, ਮਲ ਲਏ ਦੋ ਨੈਣ ਧਿਆਨ ਨੇ, ਇਹ ਜਿਹੜੇ ਦੋ ਨੇਤਰ ਸਨ ਜਿਹੜੇ ਹਰ ਪਲ ਮਾੜਾ ਤੱਕਦੀਆਂ ਸਨ ਈਰਖਾ ਦੀ ਭਾਵਨਾ ਨਾਲ, ਕਾਮਨਾਵਾਂ ਦੀ ਨਾਲ, ਕਹਿੰਦੇ ਨੇ ਇਹਨਾਂ ਨੇਤਰਾਂ ਦੇ ਅੰਦਰ ਅੰਮ੍ਰਿਤ ਵਰਸਣ ਲੱਗ ਪਿਆ। ਕਦੋਂ? ਜਦੋਂ ਮਲ ਲਏ ਦੋ ਨੈਣ ਧਿਆਨ ਨੇ, ਜਦੋਂ ਪਰਮਾਤਮਾ ਦੇ ਨਾਮ ਦੇ ਧਿਆਨ ਨੇ ਮੇਰੇ ਨੈਣ ਮਲ ਲਏ, ਤੇ ਫਿਰ ਪ੍ਰਾਪਤ ਕੀ ਹੋਇਆ? ਸਬਕ ਰਜ਼ਾ ਦਾ ਫੁਰਿਆ। ਸਬਕ ਰਜ਼ਾ ਦਾ, ਜੋ ਗੁਰੂ ਨਾਨਕ ਸਾਹਿਬ ਨੇ ਕਿਹਾ ਨਾ ਹੁਕਮ ਦੀ ਪਹਿਚਾਣ ਕਰ, ਕਹਿੰਦੇ ਜਦੋਂ ਅਭਿਆਸ ਕਰਨ ਲੱਗ ਪਿਆ, ਬਾਣੀ ਪੜਨ ਲੱਗ ਪਿਆ, ਫਿਰ ਪਿਆਰ ਵਾਲਿਓ ਸਬਕ ਰਜ਼ਾ ਦਾ ਫੁਰਿਆ। ਫਿਰ ਕਹਿੰਦੇ ਨੇ ਸੁਰਤੀ ਨੂੰ ਪਰਮਾਤਮਾ ਦੀ ਰਜ਼ਾ ਦੇ ਅੰਦਰ ਚੱਲਣ ਦੀ ਜਾਚ ਆ ਗਈ। ਸੋ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਇਹ ਸਤਰਾਂ ਲਿਖੀਆਂ ਆਪਣੇ ਮਨ ਦੀ ਅਵਸਥਾ ਦੀ, ਕਿ ਕਿਤੇ ਸੰਸਾਰ ਦੇ ਵਿੱਚ ਗੁਰੂ ਕੇ ਸਿੱਖ ਵਿਚਰ ਰਹੇ ਨੇ, ਉਹਨਾਂ ਨੂੰ ਵੀ ਪਰਮਾਤਮਾ ਦੇ ਨਾਮ ਦਾ ਬਿਰਹੋਂ ਜਾਗ ਪਵੇ, ਵੈਰਾਗ ਜਾਗ ਪਵੇ। ਭਾਈ ਸਾਹਿਬ ਕਹਿੰਦੇ ਬਿਰਹੋਂ ਦੇ ਹੱਥ ਸੌਂਪ ਅਸਾਨੂੰ, ਜੇ ਸੱਜਣ ਤੂੰ ਰਾਜ਼ੀ, ਯਾਦ ਤੁਸਾਂ ਦੀ ਛੁੱਟੇ ਨਾ ਸਾਥੋਂ, ਪਿਆਰ ਰਹੇ ਲੂ ਪੜਿਆ। ਮਹਾਰਾਜ, ਜੇ ਤੁਸੀਂ ਸਾਨੂੰ ਬਿਰਹੋਂ ਦੇ ਹੱਥ ਸੌਂਪਣਾ ਚਾਹੁੰਦੇ ਹੋ, ਜੇ ਤੁਸੀਂ ਰਾਜ਼ੀ ਹੋ, ਸੱਚ ਜਾਣਿਓ ਮੇਰੇ ਹਿਰਦੇ ਦੇ ਵਿੱਚੋਂ ਕਦੇ ਯਾਦ ਨਹੀਂ ਵਿਸਰੇਗੀ। ਪਰ ਵਿਸਰਦੀ ਉਹਨਾਂ ਦੇ ਹਿਰਦੇ ਵਿੱਚੋਂ ਨਹੀਂ ਜਿਨ੍ਹਾਂ ਅੰਦਰ ਭਾਵਨਾ ਹੈ, ਜਿਨ੍ਹਾਂ ਅੰਦਰ ਗੁਰੂ ਪ੍ਰਤੀ ਪ੍ਰੇਮ ਹੈ। ਸੋ ਸਤਿਗੁਰੂ ਕਹਿੰਦੇ ਨੇ ਹਰ ਪਲ ਮਨ ਦੇ ਉੱਤੇ ਤੇਰੇ ਚਿਹਰੇ ਦੇ ਉੱਤੇ ਇੱਕ ਸਹਿਜ ਅਵਸਥਾ ਹੋਵੇਗੀ, ਤੇਰੇ ਚਿਹਰੇ ਦੇ ਉੱਤੇ ਖੇੜਾ ਹੋਵੇਗਾ, ਤੇ ਕਹਿੰਦੇ ਨੇ ਸਹਿਜ ਅਵਸਥਾ ਦੀ ਧੁਨੀ ਤੇਰੇ ਮਨ ਦੇ ਵਿੱਚ ਗੂੰਜਦੀ ਰਹੇਗੀ। ਪਿਆਰ ਵਾਲਿਓ, ਸਹਿਜ ਅਵਸਥਾ ਦੀ ਧੁਨੀ, ਮੈਂ ਖਿਣ ਮਾਤਰ ਬੇਨਤੀ ਕਰਾਂ, ਕਈ ਵਾਰ ਸੰਸਾਰ ਦੇ ਵਿੱਚ ਵਿਚਰਦਿਆਂ ਕੰਮ ਕਾਰ ਕਰਦਿਆਂ ਨਾ ਸਾਡਾ ਮਨ ਕਈ ਵਾਰ ਕਾਲਾ ਜਿਹਾ ਪੈ ਜਾਂਦਾ, ਬੇਚੈਨ ਹੋਣ ਲੱਗ ਪੈਂਦਾ। ਕਈ ਵਾਰ ਪਰੇਸ਼ਾਨੀ ਆ ਜਾਵੇ ਤੇ ਮਨ ਕਾਲਾ ਜਿਹਾ ਪੈਣ ਲੱਗ ਜਾਂਦਾ ਹੈ, ਸਾਡੇ ਬੋਲ ਹੁੰਦੇ ਨੇ ਪਤਾ ਨਹੀਂ ਮਨ ਕਾਲਾ ਪੈ ਰਿਹਾ, ਬੇਚੈਨੀ ਆ ਰਹੀ ਹੈ। ਪਰ ਜਿਹੜੇ ਗੁਰਸਿੱਖ ਬਾਣੀ ਪੜ੍ਹਦੇ ਨੇ, ਨਾਮ ਅਭਿਆਸ ਕਰਦੇ ਨੇ, ਕਹਿੰਦੇ ਨੇ ਉਹਨਾਂ ਦੇ ਉੱਤੇ ਸੰਸਾਰ ਦੀ ਵੱਡੀ ਤੋਂ ਵੱਡੀ ਮੁਸ਼ਕਲ ਆ ਜਾਵੇ ਪਰ ਉਹਨਾਂ ਦੇ ਚਿਹਰਿਆਂ ਦੇ ਉੱਤੇ ਹਮੇਸ਼ਾ ਖੇੜਾ ਹੀ ਰਹਿੰਦਾ ਹੈ। ਉਹਨਾਂ ਦੇ ਅੰਦਰ ਇੱਕ ਸਹਿਜ ਅਵਸਥਾ ਰਹਿੰਦੀ ਹੈ, ਉਹ ਡੋਲਦੇ ਨਹੀਂ, ਉਹ ਡਿੱਗਦੇ ਨਹੀਂ। ਨਾ ਤੁਮ ਡੋਲੋ ਨਾ ਹਮ ਗਿਰਤੇ, ਰੱਖ ਲੀਨੀ ਹਰ ਮੇਰੀ। ਭਗਤ ਜਿਹੜੇ ਨੇ, ਗੁਰਸਿੱਖ ਜਿਹੜੇ ਨੇ, ਗੁਰਮੁਖ ਨੇ, ਉਹ ਡੋਲਦੇ ਨਹੀਂ, ਸਹਿਜ ਅਵਸਥਾ ਦੇ ਮਾਲਕ ਹੁੰਦੇ ਨੇ। ਵੇਖੋ, ਮੈਂ ਦੋ ਕੇ ਉਦਾਹਰਨਾਂ ਇਤਿਹਾਸ ਵਿੱਚੋਂ ਖਿਣ ਮਾਤਰ ਦੇਵਾਂ ਕਿ ਜਦੋਂ ਸਾਡੇ ਉੱਤੇ ਕੋਈ ਭੀੜ ਬਣ ਪਵੇ, ਸਾਡੇ ਮੱਥਿਆਂ 'ਤੇ ਤਿਊੜੀਆਂ ਆ ਜਾਂਦੀਆਂ ਨੇ, ਚਿਹਰਿਆਂ ਦੇ ਉੱਤੋਂ ਰੌਣਕ ਚਲੀ ਜਾਂਦੀ ਹੈ, ਕਿਉਂਕਿ ਇਹ ਜਿਹੜੀ ਰੌਣਕ ਚਿਹਰਿਆਂ ਦੇ ਉੱਤੇ ਹੈ, ਖੇੜਾ ਹੈ, ਇਹ ਸੰਸਾਰ ਦੇ ਪਦਾਰਥਾਂ ਦਾ ਹੈ। ਚਿਹਰੇ ਦੀ ਅਸਲੀ ਰੌਣਕ ਉਦੋਂ ਪਤਾ ਲੱਗਦੀ ਹੈ ਜਦੋਂ ਕੋਈ ਕਹਿਰ ਵਾਪਰੇ, ਉਦੋਂ ਗੁਰੂ ਕੀ ਬਾਣੀ ਦਾ ਅਸਰ ਪਤਾ ਲੱਗਦਾ ਹੈ। ਹਜੇ ਤੱਕ ਚਿਹਰਿਆਂ 'ਤੇ ਰੌਣਕ ਸੰਸਾਰ ਦੀ ਹੈ, ਇਸ ਕਰਕੇ ਖਿਣ ਮਾਤਰ ਦੇ ਵਿੱਚ ਉੱਡ ਜਾਂਦੀ ਹੈ, ਪਰ ਜਦੋਂ ਨਿਰੰਕਾਰ ਦੇ ਨਾਮ ਦੀ ਰੌਣਕ ਚਿਹਰੇ 'ਤੇ ਆ ਗਈ, ਸਦਾ ਲਈ ਕਾਇਮ ਰਹੇਗੀ। ਇਤਿਹਾਸ ਦੇ ਵਿੱਚ ਬਚਨ ਨੇ ਖਾਲਸਾ ਜੀ ਕਿ ਖਾਲਸਾ ਪੰਥ ਦੇ ਮਹਾਨ ਜਰਨੈਲ ਸਿੰਘ ਸਾਹਿਬ ਬਾਬਾ ਜੱਸਾ ਸਿੰਘ ਆਲੂਵਾਲੀਆ, ਜਿਨ੍ਹਾਂ ਨੇ ਖਾਲਸਾ ਜੀ 4 ਸਾਲ ਦੀ ਉਮਰ ਦੇ ਵਿੱਚ ਹੀ ਆਪਣੀ ਮਾਤਾ ਦੇ ਨਾਲ ਬੈਠ ਕਰਕੇ ਸਰੰਦੇ ਦੇ ਨਾਲ ਕੀਰਤਨ ਕਰਿਆ ਕਰਨਾ। ਮੈਂ ਬੇਨਤੀ ਇਹ ਕਰਨੀ ਹੈ ਵੀ ਉਹਨਾਂ ਦੇ ਚਿਹਰਿਆਂ ਦੇ ਉੱਤੇ ਖੇੜਾ ਕਿੱਥੋਂ ਤੱਕ ਰਿਹਾ, ਉਹਨਾਂ ਦੇ ਚਿਹਰਿਆਂ ਦੇ ਉੱਤੇ ਆਨੰਦ ਕਿੱਥੋਂ ਤੱਕ ਰਿਹਾ, ਉਹਨਾਂ ਦੇ ਅੰਦਰ ਸਹਿਜ ਅਵਸਥਾ ਕਿੱਥੋਂ ਦੀ ਹੱਦ ਤੱਕ ਰਹੀ। ਉਸ ਮਹਾਨ ਜਰਨੈਲ ਨੇ, ਜਿਨ੍ਹਾਂ ਨੇ ਕਦੇ ਅਕਾਲ ਤਖਤ ਸਾਹਿਬ ਦੀ ਜਥੇਦਾਰੀ ਦੀ ਵੀ ਸੇਵਾ ਨਿਭਾਈ, ਜਿਨ੍ਹਾਂ ਨੇ ਬੁੱਢਾ ਦਲ ਦੀ ਵੀ ਸੇਵਾ ਨਿਭਾਈ ਜਥੇਦਾਰੀ ਦੀ, ਪਿਆਰ ਵਾਲਿਓ 4 ਸਾਲ ਦੀ ਉਮਰ ਤੋਂ ਹੀ ਆਪਣੀ ਮਾਤਾ ਦੇ ਨਾਲ ਬਾਣੀ ਪੜ੍ਹਦੇ ਨੇ, ਬਾਣੀ ਕੰਠ ਕਰਦੇ ਨੇ, ਕੀਰਤਨ ਕਰਦੇ ਨੇ, ਤੇ ਕਹਿੰਦੇ ਨੇ ਜਦੋਂ ਫਿਰ ਭੀੜ ਬਣ ਗਈ ਨਾ,
ਕਦੇ ਜਲੰਧਰ ਦਾ ਹਾਕਮ ਸਲਾਬਤ ਖਾਨ ਚੜ੍ਹ ਕੇ ਆਇਆ, ਕਦੇ ਅਹਿਮਦ ਸ਼ਾਹ ਅਬਦਾਲੀ ਚੜ੍ਹ ਕੇ ਆਇਆ। ਤੇ ਕਹਿੰਦੇ ਨੇ ਇੱਕ ਦਿਨ ਜੰਗ ਹੋ ਰਿਹਾ ਸੀ ਜਲੰਧਰ ਦੇ ਨੇੜੇ, ਸਲਾਬਤ ਖਾਨ ਚੜ੍ਹਿਆ ਹੈ, ਅਹਿਮਦ ਸ਼ਾਹ ਅਬਦਾਲੀ ਚੜ੍ਹਿਆ ਹੈ। ਤੇ ਕਹਿੰਦੇ ਨੇ ਸਿੰਘਾਂ ਦੀ ਫੌਜ ਦੀ ਗਿਣਤੀ ਭਾਵੇਂ ਘੱਟ ਹੈ ਪਰ ਉਹਨਾਂ ਦੇ ਹੌਸਲੇ ਵੱਡੇ ਨੇ, ਕਿਉਂਕਿ ਅੰਦਰ ਨਾਮ ਦੀ ਤਾਕਤ ਹੈ, ਕੇਵਲ ਬਾਹਰਲੇ ਹਥਿਆਰ ਦੀ ਨਹੀਂ। ਤੇ ਪਿਆਰ ਵਾਲਿਓ, ਜੰਗ ਕਰਦਿਆਂ ਕਰਦਿਆਂ ਜਦੋਂ ਸ਼ਾਮ ਹੋ ਗਈ, ਚਾਰ ਜਰਨੈਲ ਬੈਠੇ ਨੇ, ਭਾਈ ਸੁੱਖਾ ਸਿੰਘ, ਭਾਈ ਸ਼ੁਕਰ ਸਿੰਘ, ਭਾਈ ਗੁਰਦਿਆਲ ਸਿੰਘ ਤੇ ਸਿੰਘ ਸਾਹਿਬ ਬਾਬਾ ਜੱਸਾ ਸਿੰਘ ਆਲੂਵਾਲੀਆ। ਕਹਿੰਦੇ ਨੇ ਇਹਨਾਂ ਨੂੰ ਇੱਕ ਸਿਪਾਹੀ ਆਇਆ ਸਲਾਬਤ ਖਾਨ ਦੀ ਚਿੱਠੀ ਲੈ ਕਰਕੇ, ਸਹਿਜ ਅਵਸਥਾ ਕਿੱਥੋਂ ਤੱਕ ਰਹਿੰਦੀ ਹੈ, ਗੁਰੂ ਦੇ ਉੱਤੇ ਭਰੋਸਾ ਆਨੰਦ ਕਿੱਥੋਂ ਤੱਕ ਰਹਿੰਦਾ ਹੈ ਜਿਹੜੇ ਬਾਣੀ ਪੜ੍ਹਦੇ ਨੇ। ਕਹਿੰਦੇ ਨੇ ਲੈ ਕਰਕੇ ਆਇਆ, ਉਸ ਚਿੱਠੀ ਦੇ ਉੱਪਰ ਲਿਖਿਆ ਸੀ ਖਾਲਸਾ ਜੀ ਕਿ ਜੇਕਰ ਸਾਡੇ ਨਾਲ ਸਮਝੌਤਾ ਕਰ ਲਓ ਤੇ ਜਾਨਾਂ ਬਖਸ਼ ਦਿਆਂਗੇ, ਤੁਹਾਨੂੰ ਨਵਾਬੀਆਂ ਬਾਦਸ਼ਾਹੀਆਂ ਦੇ ਦਿਆਂਗੇ, ਤੁਹਾਨੂੰ ਜ਼ਗੀਰਾ ਦੇ ਦਿਆਂਗੇ, ਤੇ ਹੋ ਸਕਦਾ ਜੇ ਸਾਡੇ ਵਰਗਾ ਕੋਈ ਮਾਮਲੀ ਜਿਹਾ ਹੋਵੇ ਤੇ ਭਾਵੇਂ ਉੱਥੇ ਡੋਲ ਜਾਵੇ, ਕਿਉਂਕਿ ਹਜੇ ਅੰਦਰ ਸਹਿਜ ਨਹੀਂ, ਅੰਦਰ ਨਾਮ ਦੀ ਧੁਨੀ ਨਹੀਂ। ਪਰ ਬਾਬਾ ਜੱਸਾ ਸਿੰਘ ਆਲੂਵਾਲੀਏ ਦੇ ਬੋਲ ਸਨ ਚਿੱਠੀ ਦੇ ਜਵਾਬ ਦੇ ਵਿੱਚ ਕਿ ਬਾਦਸ਼ਾਹ ਤੂੰ ਸੰਸਾਰ ਦਾ ਬਾਦਸ਼ਾਹ ਤੇ ਹੋਵੇਂਗਾ, ਪਰ ਇੱਕ ਗੱਲ ਨੋਟ ਕਰ, ਹਮਕੋ ਪਾਤਸ਼ਾਹੀ ਗੁਰੂ ਨਾਨਕ ਦਈ, ਹਮ ਰਾਖਤ ਪਾਤਸ਼ਾਹੀ ਦਾਵਾ। ਸਾਨੂੰ ਪਾਤਸ਼ਾਹੀਆਂ ਕਿਸੇ ਸੰਸਾਰ ਦੇ ਬੰਦੇ ਨੇ ਨਹੀਂ, ਨਿਰੰਕਾਰ ਨੇ ਦਿੱਤੀਆਂ। ਤੇ ਪਿਆਰ ਵਾਲਿਓ, ਜੇ ਮਨ ਦੇ ਵਿੱਚ ਸੋਚੀਏ ਕਿਹੜੀ ਪਾਤਸ਼ਾਹੀ ਘੋੜਿਆਂ ਦੀ ਕਾਠੀਆਂ ਤੇ ਸੋਨਾ, ਛੋਲੇ ਖਾਣੇ ਤੇ ਬਦਾਮ ਕਹਿਣੇ, ਇਹ ਪਾਤਸ਼ਾਹੀਆਂ ਕਿੱਥੇ ਕਿੱਥੇ, ਉਹਨਾਂ ਦੇ ਕੋਲ ਹਥਿਆਰ ਵੀ ਉਸ ਤਾਦਾਦ ਵਿੱਚ ਮੌਜੂਦ ਨਹੀਂ ਸਨ। ਉਹ ਪਾਤਸ਼ਾਹੀ ਦੀ ਗੱਲ ਕਰ ਰਹੇ ਸਨ, ਨਾਮ ਦੀ ਪੱਤ ਦੀ ਪਾਤਸ਼ਾਹੀ, ਉਹਨਾਂ ਕੋਲ ਨਾਮ ਦੀ ਯਾਦ ਸੀ। ਤਾਂ ਹੀ ਗੁਰੂ ਗੋਬਿੰਦ ਸਿੰਘ ਨੇ ਕਿਹਾ ਵੀ ਕੇਵਲ ਕਰਮ ਭਰਮ ਸੇ ਚੀਨਹੋ, ਧਰਮ ਕਰਮ ਅਨੁਰਾਗੋ, ਸੰਗ੍ਰਹਿ ਕਰੋ ਸਦਾ ਸਿਮਰਨ ਕੋ, ਪਰਮ ਪਾਪ ਤਜ ਭਾਗੋ, ਜੋ ਸੁਖ ਚਾਹੋ ਸਦਾ ਸਬਨ ਕੋ, ਤੋ ਹਰ ਕੇ ਰਸਪਾਗੋ। ਜੇ ਚਾਹੁੰਦਾ ਸਦਾ ਲਈ ਸੁੱਖ ਬਣਿਆ ਰਵੇ, ਫਿਰ ਆ ਕੇ ਪਰਮਾਤਮਾ ਦੇ ਚਰਨਾਂ ਨੂੰ ਗਲਵੱਕੜੀ ਪਾਲਿਆ ਕਰ। ਬਾਬਾ ਜੱਸਾ ਸਿੰਘ ਆਲੂਵਾਲੀਆ ਕਹਿਣ ਲੱਗੇ ਕਿ ਮੇਰੇ ਅੰਦਰ ਨਾਮ ਦੀ ਪੱਤ ਹੈ, ਨਾਮ ਦੀ ਪਾਤਸ਼ਾਹੀ ਹੈ, ਝੂਠੀ ਬਾਦ ਵਿਵਾਦ ਦੀ ਬਾਦਸ਼ਾਹੀਆਂ ਦੀ ਲੋੜ ਕੋਈ ਨਹੀਂ। ਵੇਖੋ ਭੀੜ ਬਣੀ ਹੋਵੇ, ਤੀਰਾਂ ਦੀਆਂ ਬੁਸ਼ਾਰਾਂ ਆ ਰਹੀਆਂ ਹੋਣ, ਉਦੋਂ ਵੀ ਉਹਨਾਂ ਦੇ ਅੰਦਰੋਂ ਸਹਿਜ ਅਵਸਥਾ ਨਾ ਗਈ, ਨਾਮ ਦੀ ਧੁਨੀ ਨਾ ਗਈ, ਉਹਨਾਂ ਦੇ ਚਿਹਰਿਆਂ ਦੇ ਉੱਤੋਂ ਖੇੜਾ ਨਾ ਗਿਆ। ਕਿਉਂ? ਕਿਉਂਕਿ ਉਹਨਾਂ ਨੇ ਅੰਮ੍ਰਿਤ ਵੇਲੇ ਉੱਠ ਕਰਕੇ ਚੌਂਕੜਾ ਲਗਾ ਕਰਕੇ ਪਰਮਾਤਮਾ ਦੇ ਗੁਣਾਂ ਨੂੰ ਗਾਇਆ, ਬਾਣੀ ਦਾ ਅਭਿਆਸ ਕੀਤਾ, ਬਾਣੀ ਨੂੰ ਕੰਠ ਕੀਤਾ। ਸੋ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਸਮਝਾਉਂਦੇ ਨੇ, ਬਖਸ਼ਿਸ਼ ਕਰਦੇ ਨੇ, ਗੁਰੂ ਕਿਆ ਸਿੱਖਾ, ਅੱਜ ਚਿਹਰਿਆਂ ਦੇ ਉੱਤੇ ਪਰੇਸ਼ਾਨੀਆਂ ਤਾਂ ਝਲਕਦੀਆਂ ਨੇ, ਜੀਵਨ ਵਿੱਚ ਦੁੱਖ ਤਕਲੀਫ ਤਾਂ ਆਉਂਦੇ ਨੇ, ਕਿਉਂਕਿ ਅੱਜ ਨਾਮ ਦੀ ਯਾਦ ਤੋਂ ਆਪਾਂ ਦੂਰ ਜਾ ਰਹੇ ਹਾਂ। ਯਤਨ ਕਰੀਏ ਰੋਜ਼ਾਨਾ ਅੰਮ੍ਰਿਤ ਵੇਲੇ ਜਾਗ ਕਰਕੇ ਤੇ ਗੁਰੂ ਨੂੰ ਹਾਜ਼ਰ ਜਾਣ ਕਰਕੇ, ਗੁਰੂ ਅੱਗੇ ਅਰਦਾਸ ਕਰਕੇ ਰੋਜ਼ ਨਾਮ ਜਪੀਏ, ਇਬਾਦਤ ਕਰੀਏ, ਬੰਦਗੀ ਕਰੀਏ, ਬਾਣੀ ਪੜ੍ਹੀਏ, ਤਾਂ ਜੋ ਸਾਡੇ ਜੀਵਨ ਦੇ ਵਿੱਚ ਆ ਰਹੀਆਂ ਪਰੇਸ਼ਾਨੀਆਂ ਦਾ ਖਾਤਮਾ ਹੋ ਜਾਵੇ। ਤੇ ਜਿਹੜੀ ਅਨਹਦ ਨਾਦ ਦੀ ਗੱਲ ਗੁਰਬਾਣੀ ਕਰਦੀ ਹੈ, ਅਨਹਦ ਧੁਨੀ ਦੀ ਗੱਲ ਗੁਰਬਾਣੀ ਕਰਦੀ ਹੈ, ਉਹ ਧੁਨੀ ਦੀ ਪ੍ਰਾਪਤੀ ਹੋਵੇ, ਭਾਵ ਕੇ ਨਿਰੰਕਾਰ ਦੇ ਨਾਮ ਦੀ ਯਾਦ ਸਦਾ ਲਈ ਸਾਡੇ ਹਿਰਦਿਆਂ ਦੇ ਵਿੱਚ ਵਸ ਜਾਵੇ। ਸੋ ਸਤਿਗੁਰੂ ਕਹਿੰਦੇ ਨੇ ਜੇ ਪਰਮਾਤਮਾ ਦੇ ਨਾਮ ਨੂੰ ਧਿਆਏਗਾ, ਜਿੱਥੇ ਦੁੱਖਾਂ ਤਕਲੀਫਾਂ ਦਾ ਖਾਤਮਾ ਹੋਵੇਗਾ, ਸੱਚ ਜਾਣੀ ਤੇਰੇ ਚਿਹਰੇ ਦੇ ਉੱਤੇ ਇੱਕ ਸਹਿਜ ਅਵਸਥਾ ਝਲਕੇਗੀ, ਮਨ ਦੇ ਵਿੱਚ ਉਸ ਪਰਮਾਤਮਾ ਦੇ ਨਾਮ ਦੀ ਸਹਿਜ ਧੁਨੀ ਸਦਾ ਲਈ ਸਥਾਪਿਤ ਹੋ ਜਾਵੇਗੀ। ਮਨ ਮੌਲਿਓ ਹਰ ਚਰਨ ਸੰਗ। ਔਰ ਕਹਿੰਦੇ ਨੇ ਜਿਹੜਾ ਇਹ ਮਨ ਖਾਲਸਾ ਜੀ ਡੋਲਦਾ ਹੈ, ਜਿਹੜਾ ਇਹ ਮਨ ਹਰ ਪਲ ਸਾਡਾ ਭੱਜਦਾ ਹੈ, ਮਨੁਆ ਦਹ ਦਿਸ ਧਾਵ ਦਾ, ਉਹ ਕੈਸੇ ਹਰ ਗੁਣ ਗਾਵੈ। ਕਹਿੰਦੇ ਨੇ ਇਹ ਜਿਹੜਾ ਮਨ ਹਰ ਪਲ ਡੋਲਦਾ ਹੈ, ਹਰ ਪਲ ਭੱਜਦਾ ਹੈ, ਇੱਕ ਮੋਹ ਦੀ ਨੀਂਦ ਦੇ ਵਿੱਚ ਸੁੱਤਾ ਪਿਆ ਹੈ, ਜੇ ਕਿਤੇ ਆਪਣੇ ਮਨ ਨੂੰ ਤੂੰ ਨਾਮ ਦਾ ਰੰਗ ਚਾੜ ਲਵੇਂ ਤੇ ਸੱਚ ਜਾਣੀ ਪਰਮਾਤਮਾ ਦੇ ਚਰਨਾਂ ਦਾ ਪਿਆਰ ਜਗਾ ਲਵੇਂ, ਤੇ ਤੇਰਾ ਇਹ ਡੋਲਦਾ ਹੋਇਆ ਮਨ ਵੀ ਸਦਾ ਲਈ ਸਥਿਰ ਹੋ ਜਾਵੇਗਾ।
तेरा ये भजदा होया मन एक जगह ते टिक जाएगा। वेखो मैं अक्सर बेनती करता हुना, आपां कहांगे मन भजदा किवें है, जे आपां गुरु की दर हजूरी दे अंदर भी नेत्र बंद कर लिए ना खालसा जी, एक पल दे समय तो भी पहला, एक क्षण तो भी पहला ये मन संसार का चक्कर कट आउंदा है। बहुत स्पीड है, मनुआ दह दिस ताब दा वो कैसे हर गुण गावे। ये मन की इतनी स्पीड है, इतनी गति है कि एक क्षण तो पहला संसार का चक्कर कट आउंदा। ते आपां अक्सर ना शब्द वरतदे हां कि तन दे उत्ते थकावट बहुत रहिंदी है, मन दे विच थकावट है, तन दे विच थकावट है, थकावट दूर करनी है। मैं बेनती करा कि तन की थकावट आपां सारे दूर करदे हां, पर मन की थकावट वाल किसे दा ख्याल कोई नहीं, क्योंकि महाराज कहिंदे सुनो रे तू कौन कहा ते आयो, ए तीक ना जानो के तीक मुद्दत चलते खबर ना पायो। ये जिहड़ा तेरा तन है, जिहड़ा शरीर है, गुरु क्या सिखा, यह ते केवल इस जन्म विच काम कर रहा है, भज रहा है, पर जिहड़ा तेरा अंदरला मन है यह ते पता नहीं किन्या के जन्मां तो भज रहा, किते इहदी थकावट दूर कर, किते इहदी थैरेपी कर, किते मैडीटेशन कर, एकांत विच बैठ करके अपने मन नूं समझा कि मेरिया मना तू परमात्मा दे चरणां नूं गलवकड़ी पा लै। प्राणी परम पुरख पग लागो सोवत कहा मोह निंद्रा मैं कबहू सुचेत वै जागो। अपने मन नूं समझाइए कि किथे मोह दी नींद विच सुता है, उठ के परमात्मा दे नाम दा रंग चाड़, परमात्मा दे चरणां नूं गलवकड़ी पा, तेरा समा नेड़े आ रहा है। चेतना है तो चेत लै निस दिन मह प्राणी, छिन छिन औद बेहात है फूटे घट ज्यों पानी। कहिंदे ने इह साह रूपी घड़ा एक दिन फुट जाना है। ते धन गुरु गोबिंद सिंह महाराज अपने बापू गुरु तेग बहादुर सच्चे पातशाह दे बचना दा संखेप व्याख्या करदे ने कि इह साह रूपी घड़ा किवें फुटेगा, यह जिहड़ा यह मन है इहदा समा नेड़े किवें आवेगा। कहिंदे रे चित चेत चिंतामन नाम हरी, आज काल तोहे ग्रस हैं भीर पजारत सीस परी, ज्यों जल तंत मीन को फासत आज तोहे फासत काल जरी। कहिंदे ने इह साह रूपी घड़ा यह फुट जाना एक दिन, पर किवें? कहिंदे ने जिवें तलाब दे विच दरिया विच मछियां हुंदियां ने, ते तेंदुआ इको दम झबट्टा मार के मछली नूं दरिया तो बाहर कढ़ के उहदे प्राण खिंच लैंदा है, सच जानी मौत रूपी तेंदुआ तेरे सिर ते मंडराउंदा है। ते जदों उस काल रूपी तेंदुए नूं अकाल दा हुक्म हो गया, उन्हें भी तेरी जिंदड़ी रूपी मछली नूं बाहर कढ़ के तेरे प्राणां नूं खिंच लेना है। इस करके जतन करिया कर प्राणी, परम पुरख पग लागो प्राणी, परम पुरख पग लागो, परम पुरख पग लागो प्राणी, परम पुरख पग लागो, परम पुरख पग लागो प्राणी, परम पुरख पग लागो, परम पुरख पग लागो प्राणी, परम पुरख पग लागो। सोवत कहा मोह निंद्रा मैं, 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 कबहू सुचित वै जागो, कबहू सुचित वै जागो, कबहू सुचित वै जागो, कबहू सुचित है जागो। परम पुरख पग लागो प्राणी, परम पुरख पग लागो, परम पुरख पग लागो प्राणी, परम पुरख पग लागो, परम पुरख पग लागो प्राणी, परम पुरख पग लागो। सो आ करके गुरु ग्रंथ साहिब महाराज दे चरणां नूं गलवकड़ी पा, तेरा डोलदा होया भजदा होया मन स्थिर हो जावे। ते पहला भी बेनती कीती खालसा जी कि गुरु ग्रंथ साहिब सच्चे पातशाह नूं चरणां नूं गलवकड़ी पाउणा की है, गलवकड़ी पाउणा है चरणां नूं आ करके गुरु की बाणी दा सहज पाठ करना, सहज पाठ करके बाणी दे विचार करके उस दे अर्थां नूं समझ करके मन दे विच वसाउणा। किते समझिए ते सही कि साडे पिता कह की रहे ने,
ਵੇਖੋ ਇੱਕ ਨਿੱਕਾ ਜਿਹਾ ਬੱਚਾ ਹੋਵੇ ਨਾ ਤੇ ਉਹ ਆਪਦੇ ਪਿਤਾ ਦੇ ਨਾਲ ਗੱਲ ਕਰਨ ਲਈ ਆਪਦੇ ਰਿਸ਼ਤੇਦਾਰਾਂ ਨੂੰ ਕਵੇ, ਚਾਚੇ ਤਾਇਆਂ ਨੂੰ ਕਵੇ ਕਿ ਜਰਾ ਪੁੱਛ ਕੇ ਦੱਸੋ ਵੀ ਪਿਤਾ ਜੀ ਕਹਿ ਕੀ ਰਹੇ ਨੇ, ਉਹਦੀ ਸਿਆਣਪ ਨਹੀਂ ਗਿਣੀ ਜਾਂਦੀ। ਤੇ ਜੇ ਚਾਹੁੰਦੇ ਹਾਂ ਕਿ ਗੁਰੂ ਕੀ ਗੱਲ ਆਪਣੇ ਪਿਤਾ ਦੀ ਗੱਲ ਸਮਝ ਵਿੱਚ ਆ ਜਾਵੇ, ਆ ਕੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਅਰਦਾਸ ਕਰੀਏ, ਅਰਜ਼ੋਈ ਕਰੀਏ, ਸਹਿਜ ਪਾਠ ਕਰੀਏ, ਗੁਰੂ ਕੇ ਚਰਨਾਂ ਨੂੰ ਗਲਵੱਕੜੀ ਪਾਈਏ, ਤਾਂ ਜੋ ਸਾਡਾ ਇਹ ਡੋਲਦਾ ਹੋਇਆ ਮਨ ਇਹ ਸਥਿਰ ਹੋ ਜਾਵੇ, ਭੱਜਦਾ ਹੋਇਆ ਮਨ ਟਿਕ ਜਾਵੇ, ਇਸ ਮਨ ਨੂੰ ਕਿਤੇ ਅਨਹਦ ਨਾਦ ਦੀ ਨਾਮ ਦੀ ਧੁਨੀ ਦੀ ਬਖਸ਼ਿਸ਼ ਪ੍ਰਾਪਤ ਹੋ ਜਾਵੇ। ਕਰ ਕਿਰਪਾ ਸਾਧੂ ਜਨ ਭੇਟੇ, ਨਿਤ ਰਾਤੋਂ ਹਰ ਨਾਮ ਰੰਗ। ਪਰ ਕਹਿੰਦੇ ਨੇ ਤੇਰੇ ਮਨ ਦਾ ਪਰਮਾਤਮਾ ਦੇ ਚਰਨਾਂ ਵਿੱਚ ਪਿਆਰ ਕਦੋਂ ਪਵੇਗਾ? ਕਰ ਕਿਰਪਾ ਸਾਧੂ ਜਨ ਭੇਟੇ, ਜਿਨ੍ਹਾਂ ਨੇ ਵੇਖੋ ਪਹਿਲਾਂ ਮਨ ਨੂੰ ਸਾਧਿਆ ਹੋਇਆ ਹੈ, ਜਿਨ੍ਹਾਂ ਨੇ ਆਪਣੇ ਇੰਦਰੀਆਂ ਨੂੰ ਵਸ ਵਿੱਚ ਕੀਤਾ ਹੋਇਆ ਹੈ, ਜਿਨ੍ਹਾਂ ਨੇ ਇਬਾਦਤ ਕੀਤੀ ਹੋਈ ਹੈ, ਜੇ ਤੈਨੂੰ ਉਹਨਾਂ ਦੀ ਸੰਗਤ ਕਿਤੇ ਪਰਮਾਤਮਾ ਦੀ ਕਿਰਪਾ ਨਾਲ ਪ੍ਰਾਪਤ ਹੋ ਜਾਵੇ ਤੇ ਤੇਰਾ ਇਹ ਮਨ ਵੀ ਨਾਮ ਦੇ ਵਿੱਚ ਰੰਗਿਆ ਜਾਵੇਗਾ। ਕਦੋਂ? ਜਦੋਂ ਰੰਗੇ ਹੋਏ ਮਹਾਂਪੁਰਖਾਂ ਦੀ ਸੰਗਤ ਪ੍ਰਾਪਤ ਹੋ ਜਾਵੇ। ਪਰ ਮੈਂ ਇੱਕ ਬੇਨਤੀ ਕਰਦੇ ਹਾਂ ਖਾਲਸਾ ਜੀ ਕਿ ਇਬਾਦਤ ਵਾਲਾ, ਬੰਦਗੀ ਵਾਲਾ ਜ਼ਰੂਰੀ ਨਹੀਂ ਕਿ ਕਿਸੇ ਇੱਕ ਲਿਬਾਸ ਵਿੱਚ ਹੀ ਹੋਵੇ। ਇਹ ਨਹੀਂ ਪਤਾ ਕਿ ਭਾਵੇਂ ਉਹਨੇ ਸੰਸਾਰਕ ਲਿਬਾਸ ਧਾਰਨ ਕੀਤਾ ਹੋਵੇ, ਬਾਣਾ ਨਾ ਵੀ ਪਹਿਨਿਆ ਹੋਵੇ ਤੇ ਉਹਦੀ ਬੰਦਗੀ ਕਿਤੇ ਜ਼ਿਆਦਾ ਹੋਵੇ। ਹੋ ਸਕਦਾ ਬਾਣੇ ਵਾਲੇ ਸਿੰਘ ਦੀ ਵੀ ਬੰਦਗੀ ਹੋਵੇ, ਪਰ ਕਹਿਣ ਤੋਂ ਭਾਵ ਜਿਨ੍ਹਾਂ ਨੇ ਆਪਣੇ ਮਨ ਨੂੰ ਸਾਧਿਆ ਹੈ ਉਹ ਸਾਧੂ ਦੀ ਸੰਗਤ ਤੈਨੂੰ ਪ੍ਰਾਪਤ ਹੋਵੇ, ਉਸ ਮਹਾਂਪੁਰਖ ਦੀ ਸੰਗਤ ਪ੍ਰਾਪਤ ਹੋਵੇ ਜਿਹੜਾ ਖੁਦ ਨਾਮ ਦੇ ਵਿੱਚ ਰੰਗਿਆ ਹੋਇਆ ਹੈ, ਤੇ ਜਦੋਂ ਉਹਦੀ ਸੰਗਤ ਪ੍ਰਾਪਤ ਹੋ ਗਈ ਫਿਰ ਸੱਚ ਜਾਣੀ ਆਹਤ ਹਰਨ ਜਮ ਤਰਾਸ ਨਿਵਾਰਨ ਨਾਮ ਲੇਤ ਭਵ ਸਿੰਧ ਤਰੇ। ਜਦੋਂ ਇੱਕ ਰੰਗੇ ਹੋਏ ਦੀ ਸੰਗਤ ਪ੍ਰਾਪਤ ਹੋ ਗਈ ਤੇ ਕਹਿੰਦੇ ਨੇ ਹਿਰਦੇ ਦੇ ਅੰਦਰੋਂ ਅਹੰਕਾਰ ਦਾ ਖਾਤਮਾ ਹੋ ਗਿਆ ਤੇ ਨਾਮ ਲੇਤ ਭਵ ਸਿੰਧ ਤਰੇ, ਪਰਮਾਤਮਾ ਦਾ ਨਾਮ ਲੈਂਦਿਆਂ ਹੀ ਭਵਜਲ ਸਾਗਰ ਤੋਂ ਬੰਦਾ ਪਾਰ ਹੋ ਗਿਆ। ਪਰ ਜਦੋਂ ਰੰਗੇ ਹੋਏ ਮਹਾਂਪੁਰਖਾਂ ਦੀ ਸੰਗਤ, ਜਿਨ੍ਹਾਂ ਨੇ ਇਬਾਦਤ ਕੀਤੀ ਹੈ, ਜਿਨ੍ਹਾਂ ਨੇ ਪਹਿਲਾਂ ਆਪਣੇ ਮਨ ਨੂੰ ਸਾਧਿਆ ਹੋਵੇ ਉਹਨਾਂ ਦੀ ਸੰਗਤ ਪ੍ਰਾਪਤ ਹੋਵੇ, ਤਾਂ ਹੀ ਅਰਦਾਸ ਵਿੱਚ ਰੋਜ਼ ਆਪਾਂ ਲਫ਼ਜ਼ ਵਰਤਦੇ ਹਾਂ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਾਵੇ ਉਹਨਾਂ ਨੂੰ ਮਿਲਾ, ਜਿਨ੍ਹਾਂ ਨੂੰ ਮਿਲਿਆ ਪਰਮਾਤਮਾ ਮੈਨੂੰ ਤੇਰਾ ਨਾਮ ਚੇਤੇ ਆਵੇ। ਸੰਸਾਰ ਦੀਆਂ ਗੱਲਾਂ ਨਹੀਂ, ਮੈਨੂੰ ਨਿਰੰਕਾਰ ਦੇ ਨਾਮ ਦੀਆਂ ਗੱਲਾਂ ਚੇਤੇ ਆਉਣ, ਜਿਹੜੇ ਨਾਮ ਚ ਰੰਗੇ ਨੇ ਮੈਨੂੰ ਉਹਨਾਂ ਦੀ ਯਾਦ, ਉਹਨਾਂ ਦੀ ਸੰਗਤ ਦਵਾ, ਜਿਹੜੇ ਮੈਨੂੰ ਪਰਮਾਤਮਾ ਤੱਕ ਕੋਈ ਜਨ ਹਰ ਸਿਉ ਦੇਵੈ ਜੋਰ, ਚਰਨ ਗਹਾਉ ਬਕਉ ਸੁਭ ਰਸਨਾ ਦੀਜ ਹੈ ਪ੍ਰਾਨ ਅਕੋਰ। ਮੈਂ ਖਿਣ ਮਾਤਰ ਰੁਕਾਂ ਖਾਲਸਾ ਜੀ। ਇਹ ਸ਼ਬਦ ਦੇ ਆਪਾਂ ਅਕਸਰ ਅਰਥ ਕਰਦੇ ਹਾਂ ਕਿ ਜੇਕਰ ਕੋਈ ਗੁਰੂ ਕਾ ਪਿਆਰਾ, ਕੋਈ ਮਹਾਂਪੁਰਖ ਸਤਪੁਰਸ਼ ਪਰਮਾਤਮਾ ਦੇ ਨਾਮ ਦੀ ਗੱਲ ਸੁਣਾਵੇ, ਪਰਮਾਤਮਾ ਦੇ ਨਾਮ ਨੂੰ ਜਪਣ ਦੀ ਜਾਚ ਸਿਖਾਵੇ ਤੇ ਆਪਾਂ ਉਹਦੇ ਚਰਨ ਫੜ ਲਈਏ, ਉਹਦੇ ਲਈ ਸ਼ੁਭ ਬਚਨ ਬੋਲ ਦਈਏ, ਉਹਦੇ ਅੱਗੋਂ ਜਿੰਦੜੀ ਵਾਰ ਦਈਏ, ਇਹ ਆਪਾਂ ਅਰਥ ਕਰਦੇ ਹਾਂ। ਪਰ ਕਿਤੇ ਗੁਰੂ ਸਾਹਿਬ ਕਿਰਪਾ ਕਰਨ, ਸਤਿਗੁਰੂ ਕਹਿੰਦੇ ਜੇਕਰ ਇੱਕ ਸਤਪੁਰਸ਼, ਇੱਕ ਸਾਧੂ, ਇੱਕ ਮਹਾਤਮਾ ਦੀ ਸੰਗਤ ਪ੍ਰਾਪਤ ਹੋਵੇ ਨਾ, ਜਿਹੜਾ ਪਰਮਾਤਮਾ ਦੇ ਨਾਮ ਦੀ ਗੱਲ ਕਰਦਾ ਹੈ, ਨਿਰੰਕਾਰ ਦੇ ਨਾਮ ਦੀ ਗੱਲ ਕਰਦਾ ਹੈ, ਤੇ ਯਤਨ ਕਰਿਆ ਕਰ ਕੀ ਚਰਨ ਗਹਾਉ। ਜਿਵੇਂ ਆਪਾਂ ਕਈ ਵਾਰ ਸ਼ਬਦ ਵਰਤਦੇ ਹਾਂ ਕਿ ਇਹ ਕੰਮ ਕੀਤਿਆਂ ਗੱਲ ਬਣ ਜੂ, ਮਰਜ ਕਹਿੰਦੇ ਚਰਨ ਗਹਾਉ, ਕਹਿੰਦੇ ਨੇ ਉਹਦੇ ਚਰਨ ਫੜ ਲੈ, ਚਰਨਾਂ ਨੂੰ ਗਲਵੱਕੜੀ ਪਾ, ਜਿਹਨੇ ਇਬਾਦਤ ਕੀਤੀ ਹੈ। ਕਹਿੰਦੇ ਨੇ ਕੇਵਲ ਚਰਨਾਂ ਨੂੰ ਗਲਵੱਕੜੀ ਪਾਇਆ ਵੀ ਗੱਲ ਨਹੀਂ ਬਣਨੀ, ਬਕੋ ਸੁਭ ਰਸਨਾ ਉਹਦੇ ਲਈ ਸ਼ੁਭ ਬਚਨ ਬੋਲ ਦੇ। ਕਹਿੰਦੇ ਨੇ ਇੱਕ ਮਹਾਂਪੁਰਖ ਲਈ, ਇੱਕ ਇਬਾਦਤ ਵਾਲੇ ਗੁਰਸਿੱਖ ਲਈ ਚੰਗੇ ਬੋਲ ਬੋਲੇ ਵੀ ਘੱਟ ਪੈ ਜਾਂਦੇ ਨੇ ਜਿਹਨੇ ਇਬਾਦਤ ਕੀਤੀ ਹੈ। ਦੀਜ ਹੈ ਪ੍ਰਾਨ ਅਕੋਰ, ਕਹਿੰਦੇ ਚਰਨ ਫੜਨੇ ਕੀ, ਸ਼ੁਭ ਬਚਨ ਬੋਲਣੇ ਕੀ, ਇੱਕ ਇਬਾਦਤ ਵਾਲੇ ਸਤਪੁਰਸ਼ ਦੇ ਅੱਗੋਂ ਤੇ ਜੇਕਰ ਤੂੰ ਜਿੰਦੜੀ ਵੀ ਵਾਰ ਦੇਵੇਂ ਤੇ ਗੁਰੂ ਕਿਆ ਸਿੱਖਾ ਤੇਰੀ ਜਿੰਦੜੀ ਵਾਰੀ ਹੋਈ ਵੀ ਘੱਟ ਪੈ ਜਾਵੇਗੀ ਜਿਹਨੇ ਇਬਾਦਤ ਕੀਤੀ ਹੈ। ਕਿਉਂਕਿ ਉਹਦੇ ਹਿਰਦੇ ਦੇ ਅੰਦਰ ਪਰਮਾਤਮਾ ਦੀ ਯਾਦ ਹੈ, ਉਹਦੇ ਹਿਰਦੇ ਦੇ ਅੰਦਰ ਖੁਦਾ ਦੀ ਯਾਦ ਹੈ। ਸੋ ਸਤਿਗੁਰੂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ ਕਿ ਕਿਤੇ ਪਰਮਾਤਮਾ ਦੀ ਕਿਰਪਾ ਦੇ ਨਾਲ ਸਾਧੂ ਸੰਤ ਮਹਾਤਮਾ ਦੀ ਸੰਗਤ ਪ੍ਰਾਪਤ ਹੋ ਜਾਵੇ ਤੇ ਪਿਆਰ ਵਾਲਿਓ ਇਹ ਸਾਡੇ ਮਨ ਨੂੰ ਨਾਮ ਦਾ ਰੰਗ ਚੜ੍ਹ ਜਾਂਦਾ ਹੈ, ਉਹਨਾਂ ਦੀ ਸੰਗਤ ਦੇ ਨਾਲ
ਜਿਨ੍ਹਾਂ ਨੂੰ ਖੁਦ ਨੂੰ ਨਾਮ ਦਾ ਰੰਗ ਚੜਿਆ ਹੈ, ਰਹਾਓ ਵਿਸ਼ਰਾਮ ਦਿੰਦੇ ਹੋਏ ਸਤਿਗੁਰੂ ਸੱਚੇ ਪਾਤਸ਼ਾਹ ਅੱਗੇ ਬਖਸ਼ਿਸ਼ ਕਰਦੇ ਹਨ। ਕਰ ਕਿਰਪਾ ਪ੍ਰਗਟੇ ਗੋਪਾਲ, ਕਹਿੰਦੇ ਨੇ ਜਦੋਂ ਇੱਕ ਮਹਾਂਪੁਰਖ ਦੀ ਸੰਗਤ ਪ੍ਰਾਪਤ ਹੋ ਜਾਵੇ, ਤੇਰੀ ਰਸਨਾ ਪਰਮਾਤਮਾ ਦੇ ਗੁਣ ਗਾਉਣ ਲੱਗ ਪਵੇ ਤੇ ਸੱਚ ਜਾਣੀ ਉਸ ਪਰਮਾਤਮਾ ਦੀ ਬਖਸ਼ਿਸ਼ ਹੋਵੇ, ਕਿਰਪਾ ਹੋਵੇ, ਤੇ ਤੁਝ ਬਿਨ ਸੁਰਤ ਕਰੈ ਕੋ ਮੇਰੀ, ਦਰਸ਼ਨ ਦੀਜੈ ਖੋਲ ਕਵਾਰ, ਤੇਰੇ ਸੁਰਤੀ ਦੇ ਕਪਾਟ ਖੋਲ ਕਰਕੇ ਕਿਤੇ ਉਹ ਗੋਪਾਲ ਉਹ ਪਰਮਾਤਮਾ ਨਿਰੰਕਾਰ ਤੇਰੇ ਹਿਰਦੇ ਦੇ ਵਿੱਚ ਵਸ ਜਾਵੇ। ਲੜ ਲਾਏ ਉਧਾਰੇ ਦੀਨ ਦਿਆਲ, ਤਾਂ ਉਹ ਖੁਦ ਹੀ ਤੇਰੀ ਬਾਂਹ ਪਕੜ ਕੇ ਤੈਨੂੰ ਆਪ ਦੇ ਲੜ ਲਾ ਲਵੇਗਾ। ਉਹ ਦੀਨਾ ਨਾਥ ਸਤਿਗੁਰੂ, ਉਹ ਦਿਆਲੂ ਕਿਰਪਾਲੂ ਸਤਿਗੁਰੂ, ਪਰ ਲਾਵੇਗਾ ਉਦੋਂ, ਹਿਰਦੇ ਵਿੱਚ ਵਾਸ ਉਦੋਂ ਕਰੇਗਾ ਜਦੋਂ ਰੋਜ਼ਾਨਾ ਅੰਮ੍ਰਿਤ ਵੇਲੇ ਉੱਠ ਕਰਕੇ ਬਾਣੀ ਪੜ੍ਹੇਗਾ, ਅਭਿਆਸ ਕਰੇਗਾ ਔਰ ਨਾਮ ਦੇ ਵਿੱਚ ਰੰਗੇ ਹੋਏ ਸੱਤ ਪੁਰਖਾਂ ਦੀ ਸੰਗਤ ਕਰੇਗਾ। ਇਹੋ ਮਨ ਹੋਆ ਸਾਧੂ ਧੂਰਾ, ਸੋ ਕਹਿੰਦੇ ਨੇ ਜਦੋਂ ਤੇਰੇ ਮਨ ਦੇ ਵਿੱਚ ਇਹ ਅਵਸਥਾ ਬਣ ਜਾਵੇ ਕਿ ਜਿਨ੍ਹਾਂ ਬੰਦਗੀ ਕੀਤੀ ਆ ਮੈਂ ਉਹਨਾਂ ਦੇ ਚਰਨਾਂ ਦੀ ਧੂੜੀ ਹੋ ਜਾਵਾਂ, ਅੰਤਰਜਾਮੀ ਪੁਰਖ ਵਿਧਾਤੇ ਸਰਧਾ ਮਨ ਕੀ ਪੂਰੇ, ਨਾਨਕ ਦਾਸ ਇਹ ਸੁਖ ਮੰਗੈ ਮੌਕੋ ਕਰ ਸੰਤਨ ਕੀ। ਧੂਰੇ ਤੋਂ ਭਾਵ ਤੇਰੇ ਅੰਦਰ ਨਿਮਰਤਾ ਹੋਵੇ, ਕਿਸੇ ਨੂੰ ਵੇਖ ਕੇ ਤੇਰੇ ਅੰਦਰ ਕ੍ਰੋਧ ਨਾ ਆਵੇ, ਈਰਖਾ ਨਾ ਆਵੇ, ਤੇ ਨਿਮਰਤਾ ਕਿੰਨੀ ਕੇ ਹੋਵੇ। ਪਿਆਰ ਵਾਲਿਓ, ਦੋ ਕੇ ਮਹਾਂਪੁਰਖਾਂ ਦੇ ਮੈਂ ਬੋਲ ਆਪ ਜੀ ਨਾਲ ਸਾਂਝੇ ਕਰਾਂ। ਇੱਕ ਤੇ ਬਾਬਾ ਜੈਮਲ ਸਿੰਘ ਜੀ, ਸ਼੍ਰੀ ਅੰਮ੍ਰਿਤਸਰ ਸਾਹਿਬ ਗੁਰੂ ਰਾਮਦਾਸ ਜੀ ਦੀ ਹਜ਼ੂਰੀ ਦੇ ਅੰਦਰ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ਵਿੱਚ ਸੇਵਾ ਕਰਦੇ ਨੇ। ਗੱਲ ਸਤਿਪੁਰਖਾਂ ਦੀ ਚੱਲ ਰਹੀ ਹੈ, ਜਿਨ੍ਹਾਂ ਮਨ ਨੂੰ ਸਾਧਿਆ ਮੈਂ ਬਚਨ ਤਾਂ ਸਾਂਝਾ ਕਰ ਰਿਹਾ ਕਿਉਂਕਿ ਜਿਨ੍ਹਾਂ ਇਬਾਦਤ ਕੀਤੀ ਹੋਵੇ ਉਹਨਾਂ ਦੇ ਬਚਨ ਗੁਰੂ ਘਰ ਦੀ ਸਟੇਜ ਤੋਂ ਹੀ ਸੁਣੇ ਜਾਣਗੇ। ਕਹਿੰਦੇ ਨੇ ਉਹਨਾਂ ਨੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੀ ਪਰਿਕਰਮਾ ਦੇ ਵਿੱਚ ਉਹਨਾਂ ਦੀ ਨਹੀਂ ਸੇਵਾ ਕਰਿਆ ਕਰਨੀ, ਹੱਥ ਦੇ ਵਿੱਚ ਹਰ ਪਲ ਝਾੜੂ ਪਕੜ ਕੇ ਰੱਖਣਾ, ਇੱਕ ਪਾਸੇ ਇੱਕ ਤੋਲੀਆ ਪਕੜ ਕੇ ਰੱਖਣਾ। ਕਹਿੰਦੇ ਨੇ ਕਿਸੇ ਨੂੰ ਨਾ ਪੁੱਛਣਾ, ਜਿੱਥੇ ਪਤਾ ਲੱਗਣਾ ਕਿ ਸੇਵਾ ਦੀ ਜ਼ਰੂਰਤ ਹੈ ਉੱਥੇ ਜਾ ਕੇ ਹੀ ਉਹਨਾਂ ਨੇ ਸੇਵਾ ਕਰਨੀ ਸ਼ੁਰੂ ਕਰ ਦੇਣੀ, ਤੇ ਕੇਵਲ ਨਿਸ਼ਕਾਮ ਰੂਪ ਦੇ ਵਿੱਚ ਉਹਨਾਂ ਨੇ ਸਾਰੀ ਉਮਰ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੀ ਪਰਿਕਰਮਾ ਵਿੱਚ ਸੇਵਾ ਕਰਨੀ। ਤੇ ਪਿਆਰ ਵਾਲਿਓ, ਜਦੋਂ ਕਿਸੇ ਨੇ ਕਹਿਣਾ ਕਿ ਮਹਾਂਪੁਰਖੋ ਬੜੀ ਸੇਵਾ ਹੈ, ਬੜੀ ਕਮਾਈ ਹੈ, ਉਹਨਾਂ ਕਹਿਣਾ ਸੇਵਾ ਨਹੀਂ, ਕਮਾਈ ਨਹੀਂ, ਮੇਰਾ ਤੇ ਸਰੀਰ ਕੰਮ ਕਰ ਰਿਹਾ ਹੈ, ਜਿਸ ਕਾ ਕਾਰਜ ਤਿਨਹੇ ਕੀਆ, ਮਾਨਸ ਕਿਆ ਬੇਚਾਰਾ ਰਾਮ, ਮੇਰੇ ਵਰਗੇ ਪਾਪੀ ਨੂੰ ਤੇ ਗੁਰੂ ਰਾਮਦਾਸ ਨੇ ਇੱਕ ਮੌਕਾ ਦਿੱਤਾ ਹੈ ਕਿ ਕਿਤੇ ਸੰਗਤਾਂ ਦੀ ਧੂੜੀ ਦੇ ਨਾਲ ਆਪਣੇ ਪਾਪਾਂ ਦੀ ਮੈਲ ਨੂੰ ਧੋ ਸਕਾਂ। ਇੰਨੀ ਨਿਮਰਤਾ ਉਹਨਾਂ ਮਹਾਂਪੁਰਖਾਂ ਦੇ ਅੰਦਰ, ਤੇ ਪਿਆਰ ਵਾਲਿਓ, ਅੱਜ ਉਹਨਾਂ ਮਹਾਂਪੁਰਖਾਂ ਵੱਲੋਂ ਵਰੋਸਾਏ ਹੋਏ ਕਾਰ ਸੇਵਾ ਭੂਰੀ ਵਾਲੇ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਸਰੂਪਾਂ ਦੀ ਛਪਾਈ ਦੇ ਲਈ ਪ੍ਰਿੰਟਿੰਗ ਪ੍ਰੈਸ ਦੀ ਸੇਵਾ ਕਰ ਰਹੇ ਨੇ ਕਿ ਕਿਤੇ ਗੁਰੂ ਕੀ ਬਾਣੀ ਘਰ ਘਰ ਪਹੁੰਚ ਸਕੇ, ਘਰ ਘਰ ਅੰਦਰ ਧਰਮਸਾਲ ਦਾ ਪ੍ਰਚਾਰ ਹੋ ਸਕੇ। ਸੋ ਕਹਿਣ ਤੋਂ ਭਾਵ ਇਤਨੀ ਨਿਮਰਤਾ ਹੋਵੇ, ਸਾਡੇ ਅੰਦਰ ਸੇਵਾ ਭਾਵਨਾ ਹੋਵੇ, ਸਾਡੇ ਅੰਦਰ ਐਸੀ ਅਵਸਥਾ ਹੋਵੇ ਕਿ ਜਦੋਂ ਗੁਰੂ ਕੇ ਦਰਬਾਰ ਦੇ ਵਿੱਚ ਜਾਈਏ ਅਸੀਂ ਕੇਵਲ ਤੇ ਕੇਵਲ ਆਪਣੇ ਔਗਣਾਂ ਨੂੰ ਫਰੋਲੀਏ, ਕੇਵਲ ਤੇ ਕੇਵਲ ਆਪਣੇ ਮਨ ਦੀਆਂ ਲੀਰਾਂ ਨੂੰ ਫਰੋਲੀਏ ਕਿ ਸਾਡੇ ਮਨ ਦੇ ਅੰਦਰ ਕੀ ਚੱਲ ਰਿਹਾ, ਸਾਨੂੰ ਸਭ ਕੁਝ ਭੁੱਲ ਜਾਵੇ ਸੰਸਾਰ ਦਾ। ਜਦੋਂ ਗੁਰੂ ਗ੍ਰੰਥ ਸਾਹਿਬ ਦੇ ਸਨਮੁਖ ਖੜੇ ਤੇ ਸਾਹਮਣੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਦਰਸ਼ਨ ਕਰੇ, ਤੇ ਫਿਰ ਗੁਰੂ ਕੇ ਸਿੱਖ ਤੇ ਗੁਰੂ ਕੇ ਵਿਚਕਾਰ ਹਮ ਤੁਮ ਬੀਚ ਭਇਓ ਨਹੀਂ ਕੋਈ, ਤੁਮਹੇ ਸੁਕੰਤ ਨਾਰ ਹਮ ਸੋਈ, ਕੇਵਲ ਤੇ ਕੇਵਲ ਗੁਰੂ ਕੇ ਸਿੱਖ ਤੇ ਗੁਰੂ ਦੇ ਵਿਚਕਾਰ ਨਾਮ ਹੋਵੇ, ਕੋਈ ਤੀਸਰਾ ਵਿਅਕਤੀ ਨਾ ਹੋਵੇ, ਕੇਵਲ ਤੇ ਕੇਵਲ ਗੁਰੂ ਕੇ ਸਿੱਖ ਤੇ ਗੁਰੂ ਦੇ ਅੰਦਰ ਕੋਈ ਤੀਸਰਾ ਵਿਅਕਤੀ ਨਾ ਹੋਵੇ, ਕੇਵਲ ਨਾਮ ਦੀ ਧੁਨੀ ਹੋਵੇ। ਸੋ ਸਤਿਗੁਰੂ ਕਹਿੰਦੇ ਨੇ ਜਦੋਂ ਇਹ ਸਾਡਾ ਮਨ ਸਤਿਪੁਰਖਾਂ ਦੀ, ਮਹਾਂਪੁਰਖਾਂ ਦੀ ਬੰਦਗੀ ਕਰਨ ਵਾਲਿਆਂ ਦੀ, ਇਬਾਦਤ ਕਰਨ ਵਾਲਿਆਂ ਦੀ ਚਰਨਾਂ ਦੀ ਧੂੜੀ ਭਾਵ ਕੇ ਨਿਮਰਤਾ ਦੀ ਜਾਚ ਸਿੱਖ ਜਾਵੇ, ਨਿਮਰਤਾ ਦੇ ਵਿੱਚ ਆ ਜਾਵੇ, ਤੇ ਇੱਕ ਅਪਾਰ ਬਖਸ਼ਿਸ਼ ਪ੍ਰਾਪਤ ਹੋਵੇਗੀ। ਉਹ ਕੀ ਬਖਸ਼ਿਸ਼ ਪ੍ਰਾਪਤ ਹੋਵੇਗੀ, ਆਓ ਸਰਵਣ ਕਰੀਏ ਜੀ। ਨਿਤ ਦੇਖੈ ਸਵਾਮੀ ਹਜੂਰ, ਕਹਿੰਦੇ ਆ ਜਿਹੜੀਆਂ ਅੱਖਾਂ ਜਦੋਂ ਸੰਸਾਰ ਵੱਲ ਤੱਕਦੀਆਂ ਸਨ ਤੇ ਫਲਾਣੀ ਜਾਤੀ ਦਾ ਇਨਸਾਨ ਨਜ਼ਰ ਆਉਂਦਾ ਸੀ,
ਕਿਸੇ ਇੱਕ ਕੈਟੇਗਰੀ ਦਾ ਪਸ਼ੂ ਪੰਛੀ ਜੀਵ ਜੰਤੂ ਨਜ਼ਰ ਆਉਂਦਾ ਸੀ, ਦਰਿਆ ਦੇ ਨਾਮ ਰੱਖੇ ਸਨ, ਪਹਾੜਾਂ ਦੇ ਨਾਮ ਰੱਖੇ ਸਨ, ਭਾਵ ਕਿ ਸੰਸਾਰ ਦੇ ਕਣ ਕਣ ਦੇ ਵਿੱਚੋਂ ਹਰ ਇੱਕ ਚੀਜ਼ ਦੇ ਵਿੱਚੋਂ ਸੰਸਾਰ ਦੇ ਹੀ ਪਦਾਰਥ ਨਜ਼ਰ ਆਉਂਦੇ ਸਨ। ਪਰ ਜਦੋਂ ਮਨ ਨਿਮਰਤਾ ਦੇ ਵਿੱਚ ਆ ਗਿਆ, ਨਾਮ ਦੀ ਧੁਨੀ ਦਾ ਆਨੰਦ ਮਾਨਣ ਲੱਗ ਪਿਆ, ਨਾਮ ਦੀ ਯਾਦ ਮਨ ਵਿੱਚ ਵਸ ਗਈ, ਤੇ ਜਿਹੜੀਆਂ ਅੱਖਾਂ ਸੰਸਾਰ ਨੂੰ ਤੱਕਦੀਆਂ ਸਨ, ਹੁਣ ਇਹ ਅੱਖਾਂ ਹਰ ਪਲ ਉਸ ਸਵਾਮੀ ਨੂੰ ਆਪਣੇ ਹਜ਼ੂਰ ਤੱਕਦੀਆਂ ਨੇ। ਭਾਵ ਕਿ ਸਾਜਨੜਾ ਮੇਰਾ ਸਾਜਨੜਾ, ਨਿਕਟ ਖਲੋਏੜਾ ਮੇਰਾ ਸਾਜਨੜਾ, ਦੁਕਾਲੰਗ ਪ੍ਰਣਾਸੀ ਦਯਾਲੰਗ ਸਰੂਪੇ, ਸਦਾ ਅੰਗ ਸੰਗੇ ਅਭੰਗੰਗ ਬਭੂਤੇ। ਇਹਨਾਂ ਅੱਖਾਂ ਨੂੰ ਹੁਣ ਗੁਰੂ ਤੋਂ ਬਿਨਾਂ, ਪਰਮਾਤਮਾ ਦੀ ਜੋਤ ਤੋਂ ਬਿਨਾਂ ਕੁਝ ਨਜ਼ਰ ਨਹੀਂ ਆਉਂਦਾ। ਕਿਉਂ? ਕਿਉਂਕਿ ਸਭ ਮਹਿ ਜੋਤ, ਜੋਤ ਹੈ ਸੋਏ, ਤਿਸ ਦਾ ਚਾਨਣ ਸਭ ਮਹਿ ਚਾਨਣ ਹੋਏ। ਪਰ ਚਾਨਣ ਉਦੋਂ ਹੁੰਦਾ ਜਦੋਂ ਗੁਰ ਸਾਖੀ ਜੋਤ ਪ੍ਰਗਟ ਹੋਏ, ਜਦੋਂ ਗੁਰੂ ਦੀ ਸਿੱਖਿਆ ਆਪਣੇ ਮਨ ਦੇ ਵਿੱਚ ਵਸਾ ਕੇ ਪਰਮਾਤਮਾ ਦੇ ਨਾਮ ਦੀ ਜੋਤ ਜਗਾਵੇ। ਸੋ ਸਤਿਗੁਰੂ ਕਹਿੰਦੇ, ਜਦੋਂ ਇਹ ਮਨ ਨਿਮਰਤਾ 'ਚ ਆ ਜਾਵੇ, ਸਤ ਪੁਰਸ਼ਾਂ ਦੇ ਚਰਨਾਂ ਦੀ ਧੂੜੀ ਬਣ ਜਾਵੇ, ਤੇ ਕਹਿੰਦੇ ਨੇ ਇਹ ਤੇਰੀਆਂ ਨੇਤਰਾਂ ਜੋ ਸੰਸਾਰ ਨੂੰ ਤੱਕਦੀਆਂ ਨੇ, ਇਹ ਨੇਤਰਾਂ ਫਿਰ ਹਰ ਪਲ ਨਿਰੰਕਾਰ ਨੂੰ ਤੱਕਣਗੀਆਂ। ਕਾਮ ਕ੍ਰੋਧ ਤ੍ਰਿਸ਼ਨਾ ਗਈ। ਔਰ ਖਾਲਸਾ ਜੀ, ਵੇਖੋ ਇੱਕ ਸ਼ਬਦਾਂ ਦੇ ਨਾਲ ਅਰਥ ਕਰਨੇ ਤੇ ਬਹੁਤ ਸੁਖੈਲੀ ਬਾਤ ਹੁੰਦੀ ਹੈ, ਪਰ ਇਹ ਮਨ ਨਿਮਰਤਾ ਦੇ ਵਿੱਚ ਲਿਆਉਣਾ ਹੀ ਸਭ ਤੋਂ ਵੱਡੀ ਬਾਤ ਹੈ। ਇਸ ਮਨ ਨੂੰ ਹਰੀ ਦੇ ਨਾਮ ਦਾ ਰੰਗ ਚੋੜਨਾ ਹੀ ਬਹੁਤ ਵੱਡੀ ਬਾਤ ਹੈ। ਸਤਿਗੁਰੂ ਕਹਿੰਦੇ ਨੇ, ਜੇਕਰ ਕਿਤੇ ਗੁਰੂ ਦੀ ਬਖਸ਼ਿਸ਼ ਹੋ ਜਾਵੇ, ਗੁਰੂ ਦਾ ਤਰਸ ਹੋ ਜਾਵੇ, ਦਾਵਾ ਤੇ ਕੋਈ ਨਹੀਂ ਕਿ ਨਾਮ ਦਾ ਆਨੰਦ ਬਣ ਜਾਵੇ, ਸਾਧੂ ਦੇ ਚਰਨਾਂ ਦੀ ਧੂੜੀ ਬਣ ਜਾਵੇ। ਕਹਿੰਦੇ ਨੇ ਇਹ ਤੇ ਗੁਰੂ ਘਰ ਤੋਂ ਬਾਹਰ ਜਾ ਕੇ ਪਤਾ ਲੱਗਦਾ ਨਿਮਰਤਾ ਦਾ, ਗੁਰੂ ਕੀ ਸਿੱਖ ਦਾ। ਪਰ ਕਹਿੰਦੇ ਨੇ ਜੇਕਰ ਗੁਰੂ ਅੱਗੇ ਤਰਲਾ ਪਾਵੇ, ਗੁਰੂ ਕਾ ਸਿੱਖ ਕਿਰਪਾ ਜਲ ਦੇਹ ਨਾਨਕ ਸਾਰੰਗ ਕੋ, ਹੋਏ ਜਾਤੇ ਤੇਰਾ ਨਾਇ ਵਾਸਾ। ਕੇਵਲ ਗੁਰੂ ਅੱਗੇ ਆ ਕੇ ਅਰਜ਼ੋਈ ਕਰੇ, ਤਰਲਾ ਪਾਵੇ ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ ਕਿ ਕਿਰਪਾ ਕਰੋ, ਮੇਰੇ ਹਿਰਦੇ ਦੇ ਵਿੱਚ ਪਰਮਾਤਮਾ ਦੇ ਨਾਮ ਦੀਆਂ ਕਣੀਆਂ ਵਰਸਾ ਦਿਓ, ਮਾ ਦਿਓ, ਜਲ ਬਿਨ ਪਿਆਸ ਨਾ ਜਾਏ। ਕੇਵਲ ਤੇ ਕੇਵਲ ਗੁਰੂ ਦੇ ਚਰਨਾਂ ਦੇ ਵਿੱਚ ਆ ਕੇ ਅਰਦਾਸ ਕਰੇ ਕਿ ਇਹ ਮੇਰੀ ਰਸਨਾ ਦੀ ਪਿਆਸ ਨਹੀਂ ਜਾ ਰਹੀ, ਨੇਤਰਾਂ ਦੀ ਤ੍ਰਿਸ਼ਨਾ ਨਹੀਂ ਜਾ ਰਹੀ, ਮਨ ਦੇ ਵਿੱਚੋਂ ਵਿਸ਼ਿਆਂ ਵਿਕਾਰਾਂ ਦੀ ਮੈਲ ਨਹੀਂ ਜਾ ਰਹੀ, ਤੇ ਗੁਰੂ ਕਿਰਪਾ ਕਰਕੇ ਨਾਮ ਦਾ ਆਨੰਦ ਬਖਸ਼ ਦੇਵੇ। ਤੇ ਸਤਿਗੁਰੂ ਕਹਿੰਦੇ ਨੇ, ਕਾਮ ਕ੍ਰੋਧ ਤ੍ਰਿਸ਼ਨਾ ਗਈ। ਗੁਰੂ ਦੀ ਬਖਸ਼ਿਸ਼ ਦਾ ਸਦਕਾ, ਗੁਰੂ ਦੀ ਮਿਹਰ ਦਾ ਸਦਕਾ, ਜਦੋਂ ਹਿਰਦੇ ਦੇ ਅੰਦਰੋਂ ਕਾਮਨਾਵਾਂ ਦੀ ਭਾਵਨਾ, ਵਾਸ਼ਨਾਵਾਂ ਦੀ ਭਾਵਨਾ, ਕ੍ਰੋਧ ਦਾ ਕੰਡਾ ਪੁੱਟਿਆ ਜਾਵੇ, ਤ੍ਰਿਸ਼ਨਾ ਮਿਟ ਜਾਵੇ, ਤਾਂ ਹੀ ਪਿਆਰ ਵਾਲਿਓ ਗੁਰੂ ਕਾ ਸਿੱਖ ਗੁਰੂ ਨਾਨਕ ਦੀ ਕਿਰਪਾ ਦਾ ਪਾਤਰ ਬਣਦਾ ਹੈ। ਕਿਉਂਕਿ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬਚਨ ਨੇ ਕਿ ਕਾਮਨਾ ਅਧੀਨ ਸਦਾ ਦਾਮਨਾ ਪ੍ਰਵੀਨ, ਇੱਕ ਭਾਵਨਾ ਬਹੀਨ ਕੈਸੇ ਪਾਵੇ ਜਗਦੀਸ਼ ਕੋ। ਜਦੋਂ ਤੱਕ ਸੰਸਾਰ ਦੀਆਂ ਕਾਮਨਾਵਾਂ ਵਾਸ਼ਨਾਵਾਂ ਦੇ ਅੰਦਰ ਗਲਕਤ ਰਵਾਂਗੇ, ਉਦੋਂ ਤੱਕ ਗੁਰੂ ਕੀ ਕਿਰਪਾ ਦੇ ਪਾਤਰ ਨਹੀਂ ਬਣ ਸਕਦੇ। ਕਿਉਂਕਿ ਹੋ ਸਕਦਾ ਬਾਣੀ ਬਹੁਤ ਪੜੀਏ, ਪਰ ਬਾਣੀ ਇੱਕ ਗੱਲ ਸਿਖਾਉਂਦੀ ਹੈ, ਇਹ ਨੇਤਰੋ ਮੇਰਿਓ ਹਰ ਤੁਮ ਮਹਿ ਜੋਤ ਧਰੀ, ਹਰ ਬਿਨ ਅਵਰ ਨਾ ਦੇਖੋ ਕੋਈ। ਤੇ ਪਿਆਰ ਵਾਲਿਓ, ਇਹਦਾ ਭਾਵ ਇਹ ਨਹੀਂ ਕਿ ਸੰਸਾਰ ਦੇ ਵਿੱਚ ਜਦੋਂ ਜਾਵੇ ਤੇ ਅੱਖਾਂ ਬੰਦ ਕਰ ਲਵੇ ਕਿ ਕੇਵਲ ਪਰਮਾਤਮਾ ਨੂੰ ਤੱਕਣਾ, ਨਹੀਂ, ਜਦੋਂ ਸੰਸਾਰ ਦੇ ਵਿੱਚ ਜਾਵੇ ਤੇ ਸੰਸਾਰ ਦੇ ਕਣ ਕਣ ਦੇ ਅੰਦਰ ਹਰੀ ਪਰਮਾਤਮਾ ਨੂੰ ਤੱਕੇ। ਤੇ ਪਿਆਰ ਵਾਲਿਓ, ਜਦੋਂ ਹਰੀ ਪਰਮਾਤਮਾ ਨੂੰ ਹਰ ਇੱਕ ਦੇ ਅੰਦਰੋਂ ਤੱਕੇਗਾ, ਤੇ ਫਿਰ ਇਹ ਆਪਣੇ ਆਪ ਨਿਰਵੈਰ ਹੋ ਜਾਵੇਗਾ, ਇਹਦੇ ਅੰਦਰੋਂ ਕਾਮਨਾਵਾਂ ਦੀ ਕ੍ਰੋਧ ਦੀ ਭਾਵਨਾ ਚਲੀ ਜਾਵੇਗੀ। ਜਦੋਂ ਇਹ ਅੱਖਾਂ ਪਰਤਰੇ ਰੂਪ ਨਾ ਪੇਖੇ ਨੇਤਰ, ਜਦੋਂ ਇਹ ਅੱਖਾਂ ਕਾਮ ਤੋਂ ਬਚ ਜਾਣਗੀਆਂ, ਕ੍ਰੋਧ ਤੋਂ ਬਚ ਜਾਣਗੀਆਂ, ਈਰਖਾ ਦੁਵੈਸ਼ ਤੋਂ ਬਚ ਜਾਣਗੀਆਂ, ਤਾਂ ਹੀ ਪਿਆਰ ਵਾਲਿਓ ਇਹ ਅੱਖਾਂ ਨਿਰੰਕਾਰ ਨੂੰ ਤੱਕ ਸਕਣਗੀਆਂ, ਉਸ ਪਰਮਾਤਮਾ ਦੀ ਅਲਾਹੀ ਜੋਤ ਦੇ ਦਰਸ਼ਨ ਕਰ ਸਕਣਗੀਆਂ। ਜਦੋਂ ਮਨ ਦੇ ਵਿੱਚੋਂ ਕਾਮ ਕ੍ਰੋਧ ਲੋਭ ਮੋਹ ਅਹੰਕਾਰ, ਕਿਉਂਕਿ ਇਹ ਹਾਲੇ ਤੱਕ ਪਰਦਾ ਬਣਿਆ ਹੈ ਇਹਨਾਂ ਨੇਤਰਾਂ ਦੇ ਅੱਗੇ, ਕਾਮ ਦਾ ਪਰਦਾ, ਕ੍ਰੋਧ ਦਾ ਪਰਦਾ, ਲੋਭ ਮੋਹ ਅਹੰਕਾਰ ਦਾ, ਈਰਖਾ ਦੁਵੈਸ਼ ਦਾ ਪਰਦਾ, ਇਹ ਸਦਾ ਹੀ ਸਾਡੀਆਂ ਅੱਖਾਂ ਅੱਗੇ ਬਣਿਆ ਰਹਿੰਦਾ ਹੈ। ਤਾਂ ਹੀ ਹਾਲੇ ਤੱਕ ਗੁਰੂ ਕੀ ਉਸ ਮਿਹਰ ਦਾ, ਗੁਰੂ ਕੀ ਬਖਸ਼ਿਸ਼ ਦਾ ਅਸੀਂ ਉਡੀਕ ਕਰਦੇ ਹਾਂ। ਪਰ ਮਹਾਰਾਜ ਕਹਿੰਦੇ, ਉਡੀਕ ਦੀ ਗੱਲ ਨਹੀਂ, ਜੇ ਅੰਦਰੋਂ ਹੋਮੈ, ਅੰਦਰੋਂ ਕਾਮ ਕ੍ਰੋਧ ਤ੍ਰਿਸ਼ਨਾ ਮਿਟ ਜਾਵੇ, ਤਾਂ ਗੁਰੂ ਕਾ ਸਿੱਖ ਗੁਰੂ ਨਾਨਕ ਦੀ ਕਿਰਪਾ ਦਾ ਪਾਤਰ ਬਣ ਸਕਦਾ, ਜਿਵੇਂ ਭਾਈ ਮਰਦਾਨਾ ਜੀ ਬਣ ਗਏ। ਜਿਵੇਂ ਪਿਆਰ ਵਾਲਿਓ
ਭਾਈ ਘਨੱਈਆ ਜੀ ਬਣ ਗਏ, ਜਿਨ੍ਹਾਂ ਨੂੰ ਹਰ ਇੱਕ ਦੇ ਵਿੱਚੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੀ ਜੋਤ ਨਜ਼ਰ ਆਈ। ਸੋ ਸਤਿਗੁਰੂ ਅੱਗੇ ਅਰਦਾਸ ਕਰੀਏ ਕਿ ਇਸ ਕਾਮ ਕ੍ਰੋਧ ਝੂਠ ਲੋਭ ਨਿੰਦਾ ਇਨ ਤੇ ਆਪ ਛਡਾਵੋ, ਇਹ ਭੀਤਰ ਤੇ ਇਨਕੋ ਡਾਰੋ, ਆਪਨ ਨਿਕਟ ਬੁਲਾਵੋ, ਆਪਣੀ ਵਿਦ ਆਪ ਜਨਾਵੋ, ਹਰ ਜਨ ਮੰਗਲ ਗਾਵੋ। ਪਾਤਸ਼ਾਹ ਮੇਰੇ ਵਿੱਚ ਇਤਨੀ ਸਮਰੱਥਾ ਨਹੀਂ ਕਿ ਮੈਂ ਇਹਨਾਂ ਚੋਰਾਂ ਤੋਂ ਵਿਕਾਰਾਂ ਤੋਂ ਬਚ ਸਕਾਂ। ਮੈਂ ਅਜਾਨ ਤਰਬੇ ਨਾ ਜਾਣੋ, ਮੋਕੋ ਬਾਹ ਦੇ ਬੀਠਲਾ, ਤੂੰ ਆਪ ਹੀ ਕਿਰਪਾ ਕਰਕੇ ਸੰਸਾਰ ਸਮੁੰਦੇ ਤਾਰ ਗੋਬਿੰਦੇ, ਕਿਰਪਾ ਕਰ ਮੈਨੂੰ ਆਪਣੇ ਚਰਨਾਂ ਦਾ ਕੀਟ ਸਮਝ ਕੇ ਸੰਸਾਰ ਰੂਪੀ ਭਵਜਲ ਸਾਗਰ ਤੋਂ ਤਾਰਨਾ ਕਰ ਦੇ। ਸੋ ਸਤਿਗੁਰੂ ਕਹਿੰਦੇ ਨੇ ਜਦੋਂ ਮਨ ਦੇ ਵਿੱਚੋਂ ਕਾਮ ਕ੍ਰੋਧ ਤ੍ਰਿਸ਼ਨਾ ਮਿਟ ਜਾਵੇ ਤੇ ਗੁਰੂ ਕੇ ਸਿੱਖ ਨੂੰ ਇੱਕ ਅਪਾਰ ਬਖਸ਼ਿਸ਼ ਦੀ ਪ੍ਰਾਪਤੀ ਹੋਵੇਗੀ। ਨਾਨਕ ਪ੍ਰਭ ਕਿਰਪਾ ਭਈ, ਜਿਹੜੀ ਕਿਰਪਾ ਦੀ ਉਡੀਕ ਰੋਜ਼ਾਨਾ ਗੁਰੂ ਕਾ ਸਿੱਖ ਗੁਰੂ ਕੇ ਚਰਨਾਂ ਦੇ ਵਿੱਚ ਕਰਦਾ ਹੈ, ਉਹ ਕਿਰਪਾ ਦੀ ਬਖਸ਼ਿਸ਼ ਗੁਰੂ ਕੇ ਚਰਨਾਂ ਤੋਂ ਗੁਰੂ ਨਾਨਕ ਦੇ ਚਰਨਾਂ ਦੇ ਵਿੱਚੋਂ ਪ੍ਰਾਪਤ ਹੋ ਜਾਵੇਗੀ। ਮੈਂ ਬੇਨਤੀ ਕਰਾਂ ਖਾਲਸਾ ਜੀ, ਕਿਰਪਾ ਕੀ ਹੈ ਗੁਰੂ ਕੀ, ਬਖਸ਼ਿਸ਼ ਕੀ ਹੈ ਗੁਰੂ ਕੀ? ਰੋਜ਼ਾਨਾ ਗੁਰੂ ਘਰ ਆਉਣਾ ਇਹ ਸਭ ਤੋਂ ਵੱਡੀ ਬਖਸ਼ਿਸ਼ ਹੈ, ਕਿਉਂਕਿ ਸੰਸਾਰ ਵਿੱਚ ਇਤਨੀ ਆਬਾਦੀ ਹੈ, ਹਰ ਇੱਕ ਨੂੰ ਗੁਰੂ ਕੀ ਹਜ਼ੂਰੀ ਦੀ ਘੜੀਆਂ ਨਹੀਂ ਪ੍ਰਾਪਤ। ਜੀਵ ਜੰਤੂ ਸੰਸਾਰ ਤੇ ਬਹੁਤ ਨੇ, ਪਰ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਦੇ ਦਰਬਾਰ ਦੇ ਵਿੱਚ ਕੇਵਲ ਤੇ ਕੇਵਲ ਉਹੀ ਹਾਜ਼ਰੀ ਭਰ ਸਕਦਾ ਹੈ ਜਿਹਨੂੰ ਖੁਦ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਸੱਦਾ ਪੱਤਰ ਭੇਜ ਦੇਣ। ਇਹ ਸਭ ਤੋਂ ਵੱਡੀ ਬਖਸ਼ਿਸ਼ ਹੈ ਗੁਰੂ ਕੀ ਹਜ਼ੂਰੀ ਦੇ ਵਿੱਚ ਆਉਣਾ। ਔਰ ਫਿਰ ਗੁਰੂ ਕੀ ਹਜ਼ੂਰੀ ਦੇ ਅੰਦਰ ਆ ਕਰਕੇ ਗੁਰਬਾਣੀ ਦੇ ਕੀਰਤਨ ਨੂੰ ਸੁਣਨਾ, ਗੁਰਬਾਣੀ ਦੀ ਵਿਚਾਰ ਨੂੰ ਸੁਣਨਾ ਔਰ ਆਪਣੇ ਮਨ ਦੇ ਵਿੱਚ ਵਸਾ ਕਰਕੇ ਗੁਣਾਂ ਨੂੰ ਗਾਉਣਾ। ਕਲਮੇ ਇਹੋ ਪੁੰਨ ਗੁਣ ਗੋਬਿੰਦ ਗਾਹੇ, ਸਭ ਤੋਂ ਵੱਡਾ ਪੁੰਨ, ਸਭ ਤੋਂ ਵੱਡੀ ਬਖਸ਼ਿਸ਼, ਸਭ ਤੋਂ ਵੱਡੀ ਮਿਹਰ ਕੇਵਲ ਤੇ ਕੇਵਲ ਇਹ ਹੈ ਕਿ ਗੁਰੂ ਦੀ ਹਜ਼ੂਰੀ ਦੀ ਘੜੀਆਂ ਕਿਤੇ ਪ੍ਰਾਪਤ ਹੋ ਜਾਣ, ਕਿਤੇ ਗੁਰੂ ਕੇ ਨਾਮ ਦੀ ਧੁਨੀ ਪ੍ਰਾਪਤ ਹੋ ਜਾਵੇ। ਸੋ ਸਤਿਗੁਰੂ ਕਹਿੰਦੇ ਨੇ ਜਦੋਂ ਹਿਰਦੇ ਦੇ ਅੰਦਰੋਂ ਕਾਮ ਕ੍ਰੋਧ ਤ੍ਰਿਸ਼ਨਾ ਮਿਟ ਜਾਵੇ ਤੇ ਗੁਰੂ ਕੇ ਸਿੱਖ ਨੂੰ ਗੁਰੂ ਨਾਨਕ ਦੀ ਕਿਰਪਾ ਦੀ ਪ੍ਰਾਪਤੀ ਹੁੰਦੀ ਹੈ। ਉਸ ਕਿਰਪਾ ਦੀ ਪ੍ਰਾਪਤੀ ਹੁੰਦੀ ਹੈ ਜਿਸ ਕਿਰਪਾ ਨੂੰ ਪ੍ਰਾਪਤ ਕੀਤਿਆਂ ਫਿਰ ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾ ਸਭ ਗਵਾਈਆਂ, ਜਿਸ ਬਖਸ਼ਿਸ਼ ਨੂੰ ਪ੍ਰਾਪਤ ਕੀਤਿਆਂ ਸਾਰੀਆਂ ਸੰਸਾਰ ਦੀਆਂ ਭੁੱਖਾਂ ਦੂਰ ਹੋ ਜਾਂਦੀਆਂ ਨੇ, ਕਿਉਂਕਿ ਨਿਰੰਕਾਰ ਦਾ ਨਾਮ ਹਿਰਦੇ ਵਿੱਚ ਵਸ ਜਾਂਦਾ ਹੈ। ਆਓ ਇੱਕ ਵਾਰ ਨਾਮ ਦੀ ਧੁਨੀ ਦੇ ਵਿੱਚ ਜੁੜ ਕਰਕੇ ਆਪਾਂ ਖਿਮਾ ਦੇ ਜਾਚਕ ਹੋਈਏ, ਸਤਿਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਅਰਦਾਸ ਕਰੀਏ ਕਿ ਪਾਤਸ਼ਾਹ ਜਿਹੜੀ ਮਿਹਰ ਭਰੀ ਛੜੀ ਆਪ ਜੀ ਨੇ ਛੱਜੂ ਝੀਵਰ ਦੇ ਸੀਸ ਤੇ ਰੱਖੀ ਔਰ ਪਾਤਸ਼ਾਹ ਜੀ ਉਹਦੇ ਹਿਰਦੇ ਦੇ ਅੰਦਰ ਸਦਾ ਲਈ ਪਰਮਾਤਮਾ ਦੇ ਨਾਮ ਦਾ ਆਨੰਦ ਬਖਸ਼ ਦਿੱਤਾ, ਕਿਰਪਾ ਕਰਨੀ ਸਾਡੇ ਹਿਰਦੇ ਦੇ ਅੰਦਰ ਵੀ ਉਹ ਨਾਮ ਦਾ ਆਨੰਦ ਬਖਸ਼ਣਾ, ਸਾਡੇ ਸੀਸ ਤੇ ਵੀ ਉਹ ਮਿਹਰ ਭਰੀ ਛੜੀ ਰੱਖਣੀ। ਆਓ ਸਤਿਗੁਰੂ ਦੇ ਚਰਨਾਂ ਦਾ ਧਿਆਨ ਤਰਦੇ ਹੋਏ ਪ੍ਰੇਮ ਦੇ ਵਿੱਚ ਆਪ ਸਭ ਸੰਗਤਾਂ ਨੇ ਜਪਣ ਦਾ ਯਤਨ ਕਰਨਾ ਜੀ। ਵਾਹਿਗੁਰੂ ਧੰਨ ਵਾਹਿਗੁਰੂ, 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 ਵਾਹਿਗੁਰੂ ਧੰਨ ਵਾਹਿਗੁਰੂ। ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ, ਸਾਹਿਬ ਸਤਿਗੁਰੂ ਸ੍ਰੀ ਗੁਰੂ ਹਰਿਕ੍ਰਿਸ਼ਨ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਰੋਮ ਰੋਮ ਕਰਕੇ ਧੰਨਵਾਦ, ਜਿਨ੍ਹਾਂ ਨੇ ਸਵਾਸਾਂ ਰੂਪੀ ਲੜੀ ਬਖਸ਼ ਕਰਕੇ ਇਹ ਵਿਚਾਰ ਸੰਪੂਰਨ ਕਰਵਾਈ ਹੈ। ਸਿੰਘ ਸਾਹਿਬ ਗਿਆਨੀ ਬਚਿੱਤਰ ਸਿੰਘ ਜੀ, ਮੁੱਖ ਗ੍ਰੰਥੀ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ, ਤਿੰਨਾਂ ਦਾ ਧੰਨਵਾਦ, ਔਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਧੰਨਵਾਦ, ਜਿਨ੍ਹਾਂ ਨੇ ਆਪ ਸਭ ਸੰਗਤਾਂ ਦੇ ਦਰਸ਼ਨ ਕਰਵਾਏ। ਸਿੰਘ ਸਾਹਿਬ ਜਥੇਦਾਰ ਬਾਬਾ ਬਲਵੀਰ ਸਿੰਘ ਜੀ 96 ਕਰੋੜੀ, ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ 5ਵਾਂ ਤਖਤ ਦੇ ਜਥੇਦਾਰ ਸਾਹਿਬ, ਤਿੰਨਾਂ ਦਾ ਧੰਨਵਾਦ। ਆਓ ਜੀ
ਅਖੀਰਲੀਆਂ ਪੰਕਤੀਆਂ ਸਰਵਣ ਕਰਕੇ ਖਿਮਾ ਦੇ ਜਾਚਕ ਹੋਈਏ ਜੀ। ਕਾਮ ਕ੍ਰੋਧ ਤ੍ਰਿਸ਼ਨਾ ਗਈ ਨਾਨਕ ਪ੍ਰਭ ਕਿਰਪਾ ਭਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।